ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨੈ ਪਰ ਤਖ ਗੁਰੂ ਨਿਸਤਰੈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਧੇ ਇਹ ਜੋ ਦੁਨੀਆ ਸਹਰ ਮੇਲਾ ਦਸਤਗੀਰੀ ਨਾਹੇ ਬਦਬਖਤ ਹਮ ਕਿਉਂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬੋਇਤ ਜਨ ਤੁਰਾ ਤੇਰੇ ਚਾਕਰਾਂ ਪਾਹਕ ਧੰਨ ਵਾਹਿਗੁਰੂ ਸਾਜੀ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਟਾ ਆੜਿਆ ਹੀੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਇੰਦਾ ਪੈਧਾ ਲੋੜੈ ਪੱਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਭਿੱਜੋਂ ਸਿਜੋਂ ਕੰਬਲੀ ਅੱਲਾਹ ਵਰਸੋਂ ਮੇਹ ਜਾਏ ਮਿਲਾ ਤਿਨਾ ਸਜਣਾ ਟੁੱਟੋ ਨਾਹੀ ਨੇਹ ਜਾਏ ਮਿਲਾ ਤਿਨਾ ਸਜਣਾ ਟੁੱਟੋ ਨਾਹੀ ਨੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਰੂਹਾਨੀਅਤ ਦੇ ਭੰਡਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਹਾਜ਼ਰੀ ਭਰ ਰਹੇ ਹੋ ਜੀ। ਪਿੱਛੇ ਕਈ ਦਿਨਾਂ ਤੋਂ ਜਿਹੜੀ ਬਾਬਾ ਫਰੀਦ ਜੀ ਦੇ ਵਿਚਾਰ ਬਾਬਾ ਫਰੀਦ ਜੀ ਦੇ ਸਲੋਕ ਬਾਣੀ ਵਿੱਚੋਂ ਅਤੇ ਉਹਨਾਂ ਦਾ ਜੀਵਨ ਆਪਾਂ ਇਸ ਮੁਕੱਦਸ ਦਰਬਾਰ ਦੇ ਵਿੱਚ ਸਰਵਣ ਕਰ ਰਹੇ ਹਾਂ। ਅੱਜ ਦੀ ਵਿਚਾਰ ਆਰੰਭੀਏ। ਆਪ ਜਿੰਨੇ ਗੁਰ ਦਰਬਾਰ ਦੇ ਵਿੱਚ ਬੈਠੇ ਹੋ ਤੌਫੀਕ ਬਖਸ਼ੋ, ਇਜਾਜ਼ਤ ਬਖਸ਼ੋ, ਆਪ ਸੰਗਤਾਂ ਦੀ ਚਰਨ ਬੋਸੀ ਕਰ ਸਕਾਂ। ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਆਖੋ ਜੀ ਸਤਨਾਮ ਸ੍ਰੀ, ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਰੀਦਾ ਜੀ ਮੈਂ ਹੁੰਦਾ ਵਾਰਿਆ ਮਿੱਟਾ ਆਇਆਂ ਹੀੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ ਫਰੀਦਾ ਜੇ ਮੈਂ ਹੁੰਦਾ ਵਾਰਿਆ। ਇਹ ਇੱਕ ਉਸ ਤਰ੍ਹਾਂ ਦੀ ਅਵਸਥਾ ਬਾਬਾ ਸ਼ੇਖ ਫਰੀਦ ਜੀ ਬਿਆਨ ਕਰਦੇ ਨੇ ਜਦ ਇਸ ਦਿਖਦੇ ਸੰਸਾਰ ਦੇ ਵਿੱਚ ਦੋ ਮਿੱਤਰ
ਦੋ ਦੋਸਤ ਆਪਸ ਦੇ ਵਿੱਚ ਸਾਰੀਆਂ ਗੱਲਾਂ ਨੂੰ ਸਾਂਝ ਕਰਦੇ ਨੇ, ਸਾਰੀਆਂ ਗੱਲਾਂ ਦੀ ਸਾਂਝ ਪੈਂਦੇ, ਇੱਕ ਮਿੱਤਰ ਦੂਸਰੇ ਤੋਂ ਕੁਛ ਵੀ ਨਹੀਂ ਲੁਕਾਉਂਦਾ। ਔਰ ਇੰਨੀ ਕੁ ਗੂੜੀ ਮਿੱਤਰਤਾ ਹੁੰਦੀ ਹੈ ਕਿ ਗੁੱਝੇ ਤੋਂ ਗੁੱਝੇ ਦਿਲ ਦੇ ਭੇਦ ਆਪਸ ਦੇ ਵਿੱਚ ਸਾਂਝੇ ਕੀਤੇ ਜਾਂਦੇ। ਬਾਣੀ ਦੇ ਵਿੱਚ ਵੀ ਉਸ ਖਸਮ ਵਾਸਤੇ, ਉਸ ਪ੍ਰਭੂ ਵਾਸਤੇ, ਕਰਤਾ ਪੁਰਖ ਵਾਹਿਗੁਰੂ ਵਾਸਤੇ ਦੋਸਤ, ਮਿੱਤਰ, ਯਾਰ ਇਹ ਲਫ਼ਜ਼ ਆਏ ਨੇ। ਆਪਾਂ ਪੜ੍ਹਦੇ ਹਾਂ ਸ਼ਬਦ, ਸੁਣ ਯਾਰ ਹਮਾਰੇ ਸੱਜਣ, ਸੱਜਣ ਇੱਕ ਕਰੂੰ ਬੇਨੰਤੀ ਆ। ਹੁਣ ਯਾਰ ਲਫ਼ਜ਼ ਜਿਹੜਾ ਆਇਆ ਉਹ ਵਾਹਿਗੁਰੂ ਜੀ ਦੇ ਲਈ, ਯਾਰ ਵੇ ਪ੍ਰੇ ਹੱਬੈ ਸਖੀਆਂ ਮੂੰਹ ਦੱਸ ਕਹੀ ਜਿਹੀ ਆ। ਇਹ ਹੈ ਕਿ ਯਾਰ ਉਹ ਦੋਸਤ, ਉਹ ਵਾਹਿਗੁਰੂ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੁਣ ਰਹਿ ਨਾ ਸਕਾਂ ਬਿਨ ਦੇਖੀ ਮੇਰੀ ਮਾਈ। ਇਹ ਵੀ ਮਿੱਤਰ ਜਿਹੜਾ ਲਫ਼ਜ਼ ਵਰਤਿਆ ਇਹ ਵੀ ਸਾਈਂ ਦੇ ਲਈ ਵਰਤਿਆ। ਇਸੀ ਇਕਾਈ ਦੇ ਵਿੱਚ, ਇਸੀ ਵਿਸ਼ੇ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਕਹਿੰਦੇ, ਜੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਏ, ਕੋਈ ਮਹਿਮਾਨ ਆਏ, ਅਤੇ ਕੋਈ ਇਨਸਾਨ ਜਿਹਦੇ ਘਰ ਆਇਆ ਹੈ ਅਤੇ ਮਹਿਮਾਨ ਦੀ ਜਿੰਨੀ ਕੁ ਵੀ ਖਾਤਰਦਾਰੀ ਹੋ ਸਕਦੀ ਸੀ ਉਹ ਉਸ ਤੋਂ ਨਹੀਂ ਕੀਤੀ ਗਈ। ਜਦ ਵੀ ਸਾਡੇ ਘਰ ਕੋਈ ਪ੍ਰਾਹੁਣਾ ਆਉਂਦਾ, ਘੱਟੋ ਘੱਟ ਪਾਣੀ ਅਤੇ ਚਾਹ ਦਾ ਪ੍ਰਬੰਧ ਤਾਂ ਕੀਤਾ ਹੀ ਜਾਂਦਾ, ਉਹਦੇ ਵਾਸਤੇ ਤਾਂ ਕੋਈ ਚਾਰਜ ਨਹੀਂ ਹੁੰਦਾ। ਉਹ ਤਾਂ ਜੇ ਭੋਜਨ ਛੱਕ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਸਾਂਝ ਪਾਓ ਭੋਜਨ ਨਾਲ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ ਕਿ ਜਿਹੜੇ ਸਾਡੀ ਹਾਲਤ ਹੈ ਨਾ, ਜੇ ਮੈਂ ਆਪਣੇ ਮਿੱਤਰ, ਆਪਣੇ ਸਾਈਂ ਤੋਂ ਕੁਝ ਲੁਕਾਵਾਂ, ਇਹ ਇਸੀ ਤਰ੍ਹਾਂ ਜਿਸ ਤਰ੍ਹਾਂ ਘਰ ਆਇਆ ਪ੍ਰਾਹੁਣਾ ਉਹਨੂੰ ਆਪਾਂ ਖਾਤਰਦਾਰੀ ਨਾ ਕਰੀਏ, ਜੇ ਆਪਾਂ ਸਦੀਏ ਕਿ ਤੂੰ ਆ ਔਰ ਬੁਲਾ ਕੇ ਬੇਪੱਤੀ ਕਰ ਦਈਏ, ਜਿੰਨਾ ਕੁ ਸਤਿਕਾਰ ਬਣਦਾ ਉਹ ਨਾ ਕਰੀਏ, ਤਾਂ ਉਹਦਾ ਹਾਲ ਕੀ ਹੋਏਗਾ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਉਹਦਾ ਹਾਲ ਇਸ ਤਰ੍ਹਾਂ ਹੋਏਗਾ ਜਿੱਦਾਂ ਕੋਲਿਆਂ ਦੇ ਉੱਤੇ, ਅੱਗ ਦੇ ਉੱਤੇ ਮਜੀਠ ਸੜ ਰਿਹਾ ਹੁੰਦਾ। ਮਜੀਠ ਇੱਕ ਬੂਟੀ ਹੈ ਰੰਗ ਦੀ, ਜਦ ਉਹਨੂੰ ਅੱਗ ਦੇ ਉੱਤੇ ਸੱਟੀ ਜਾਂਦੀ ਹੈ ਤਾਂ ਉਹ ਛਾਲਾ ਮਾਰ ਮਾਰ ਕੇ ਸੜਦੀ ਹੈ, ਬੜੇ ਬਹੁਤ ਭੁੱਜਦੀ ਹੈ, ਉਹ ਸ਼ੋਰ ਮਚਦਾ ਉਸ ਚੀਜ਼ ਦਾ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਉਹ ਸਾਈਂ ਪ੍ਰਭੂ ਇਸ ਹਿਰਦੇ ਵਿੱਚ ਆਉਣਾ, ਉਹ ਸੱਚੇ ਪਿਤਾ ਵਾਹਿਗੁਰੂ ਨੇ ਇਸ ਹਿਰਦੇ ਘਰ ਦੀ ਸੇਜ ਦੇ ਵਿੱਚ ਨਿਵਾਸ ਕਰਨਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬੇਅੰਤ ਸ਼ਬਦ ਨੇ। ਜੇ ਬਾਣੀ ਵਿੱਚੋਂ ਦੇਖ ਕਿ ਗੁਰੂ ਸਾਹਿਬ ਕਹਿੰਦੇ ਕਰਮਹੀਣ ਧਨ ਕਰ ਹੈ ਬੇਨੰਤੀ ਕਦ ਨਾਨਕ ਆਵਹਿ ਵਾਰੀ ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਹੋ ਰਾਤ ਮੁਰਾਰੀ। ਜਿੰਨੇ ਬਖਸ਼ੇ ਹੋਏ ਨੇ, ਜਿੰਨੀਆਂ ਸੁਹਾਗਣਾਂ ਨੇ, ਗੁਰਮੁਖ ਰੂਹਾਂ ਨੇ, ਉਹ ਗੁਰੂ ਦੇ ਨਾਲ ਆਪਣੇ ਹਿਰਦੇ ਰੂਪੀ ਸੇਜ ਦੇ ਵਿੱਚ ਆਨੰਦ ਮਾਣ ਰਹੀਆਂ ਨੇ ਗੁਰੂ ਦਾ, ਅਤੇ ਮੈਨੂੰ ਉਹ ਸਮਾਂ ਕਦ ਮਿਲੇਗਾ ਕਿ ਮੈਂ ਉਸ ਵਾਹਿਗੁਰੂ ਜੀ ਦਾ ਆਨੰਦ ਆਪਣੇ ਹਿਰਦੇ ਵਿੱਚ ਮਾਣਾਂ। ਭਾਵ ਕਿ ਨਿਤਾ ਪ੍ਰਤੀ ਪਿਆਰ, ਨਿਤਾ ਪ੍ਰਤੀ ਪ੍ਰੀਤ ਅੰਦਰ ਬਣੀ ਰਹੇ, ਕਿ ਉਹ ਵਾਲਾ ਸਮਾਂ ਮਿਲੇ ਜਦ ਹਿਰਦੇ ਰੂਪੀ ਸੇਜ ਦੇ ਵਿੱਚ ਵਾਹਿਗੁਰੂ ਜੀ ਦਾ ਨਿਵਾਸ ਹੋ। ਪਰ ਕਹਿੰਦੇ ਉਹ ਪ੍ਰੀਤ ਹੀ ਨਹੀਂ ਹੈ, ਉਹ ਪਿਆਰ ਹੀ ਨਹੀਂ ਹੈ, ਕਿਉਂਕਿ ਫਰੀਦ ਜੀ ਨੂੰ ਜਿਸ ਵੇਲੇ ਉਹਨਾਂ ਦੇ ਮੁਰਸ਼ਦ ਨੇ, ਖਵਾਜਾ ਨੇ, ਖਵਾਜਾ ਮਹਿਮੂਦ ਨੇ, ਚਿਸ਼ਤੀ ਨੇ ਕਬੂਤਰ ਦਿੱਤਾ ਕਿ ਇਹ ਕਬੂਤਰ ਉੱਥੇ ਜਾ ਕੇ ਮਾਰ ਜਿੱਥੇ ਕੋਈ ਨਹੀਂ ਵੇਖਦਾ। ਪਰ ਬਾਬਾ ਫਰੀਦ ਜੀ ਅਜਮੇਰ ਦੇ ਜੰਗਲਾਂ ਵਿੱਚ ਚਲੇ ਗਏ, ਉੱਥੇ ਕਾਰ ਕੋਠੜੀ ਸੀ ਉਹਦੇ ਵਿੱਚ ਹਨੇਰੇ ਗੁਪ 'ਚ ਚਲੇ ਗਏ, ਪਰ ਜਦ ਉਹਨੂੰ ਜ਼ਿਬਾ ਕਰਨ ਲੱਗੇ ਤਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਖੁਦਾ ਇੱਥੇ ਵੀ ਵੇਖ ਰਿਹਾ, ਸਾਈਂ ਇੱਥੇ ਵੀ ਵੇਖ ਰਿਹਾ। ਅਤੇ ਬਾਬਾ ਸ਼ੇਖ ਫਰੀਦ ਜੀ ਉਸ ਪਰਥਾਈ ਦੇ ਵਿੱਚ ਕਹਿੰਦੇ, ਜੇ ਅਸੀਂ ਸੋਚਦੇ ਹਾਂ ਕਿ ਅਸੀਂ ਉਸ ਖੁਦਾ ਤੋਂ, ਉਸ ਵਾਹਿਗੁਰੂ ਤੋਂ, ਪਰਵਤਦਿਗਾਰ ਤੋਂ ਕੁਝ ਲੁਕਾ ਸਕਦੇ ਹਾਂ ਤਾਂ ਇਹ ਸਾਡੀ ਭੁੱਲ ਹੈ। ਜੇ ਇਹ ਸੋਚਦੇ ਹਾਂ ਤਾਂ ਸਾਡਾ ਹਿਰਦਾ ਇਸ ਤਰ੍ਹਾਂ ਸੜਦਾ ਬਲਦਾ ਹੈ ਜਿੱਦਾਂ ਅੱਗ ਦੇ ਉੱਤੇ, ਭੱਠੀ ਉੱਤੇ ਮਜੀਠ ਸੜਦਾ ਹੈ। ਜੀ ਫਰੀਦਾ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਂਦਾ ਪੈਦਾ ਲੋੜੈ ਪੱਟ। ਇੱਕ ਜੱਟ ਨੂੰ ਸਮਰਪਿਤ ਸੰਬੰਧਿਤ ਹੋ ਕੇ, ਭਾਵ ਕਿ ਜਿਹੜੀ ਖੇਤੀਬਾੜੀ ਜਾਂ ਜਿਹੜਾ ਰੁੱਖਾਂ ਦਾ ਵਿਗਿਆਨ ਹੈ ਉਹਦੇ ਵਿੱਚ ਇਹ ਲੁਕਿਆ ਹੋਇਆ ਇੱਕ ਤੁਕ ਦੇ ਵਿੱਚ। ਪਹਿਲਾਂ ਇਹ ਸਮਝੀਏ, ਕਿੱਕਰ ਦਾ ਰੁੱਖ
ਜਿਹੜਾ ਕੰਡਿਆਲਾ ਰੁੱਖ ਲੱਗਦਾ ਔਰ ਇਸ ਰੁੱਖ ਨੂੰ ਵੱਢ ਕੇ ਘਰਾਂ ਦੇ ਵਿੱਚ ਫਰਨੀਚਰ ਵੀ ਬਣਦਾ। ਦੂਸਰਾ ਹੈ ਦਾਖ ਬਿਜੂਰੀਆਂ, ਇਹ ਦੋ ਬਨਸਪਤੀ ਦੇ ਅੰਗ ਦੱਸੇ ਹੋਏ ਬਾਬਾ ਸ਼ੇਖ ਫਰੀਦ ਜੀ ਨੇ, ਇੱਕ ਕਿੱਕਰ ਅਤੇ ਇੱਕ ਦਾਖ ਬਿਜੂਰੀਆਂ। ਬਿਜਨੌਰ ਦੇਸ਼ ਹੈ, ਬਿਜੌਰ ਦੇਸ਼ ਦੀਆਂ ਦਾਖਾਂ, ਦਾਖਾਂ ਕਹਿੰਦੇ ਅੰਗੂਰ, ਉਹ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਉਹਨਾਂ ਦੀ ਜਿਹੜੀ ਮਿਠਾਸ ਹੁੰਦੀ ਹੈ ਉਹ ਸਾਰੇ ਇਸ ਧਰਤੀ ਦੇ ਬਿਜੂਰੀਆਂ ਅੰਗੂਰਾਂ ਤੋਂ ਬੜੇ ਮਿੱਠੀ ਹੁੰਦੀ ਹੈ। ਹੁਣ ਇਹਦਾ ਭਾਵ ਕੀ ਹੈ? ਇਹਦਾ ਭਾਵ ਇਹ ਹੈ ਕਿ ਕਿੱਕਰ ਦੇ ਬੀਜ ਜਦ ਬੋਏ ਜਾਂਦੇ ਹੈ, ਜਦ ਕਿੱਕਰ ਬੀਜ ਬੋਇਆ ਜਾ ਰਿਹਾ ਤਾਂ ਕਿੱਕਰ ਦੇ ਕੰਡੇ ਹੀ ਉੱਗਣਗੇ, ਉਹਦੇ 'ਤੇ ਬਿਜੂਰੀਆਂ ਨਹੀਂ ਉੱਗਣਗੀਆਂ। ਜੇ ਅੱਜ ਆਪਾਂ ਕੁਛ ਕਰ ਰਹੇ ਹਾਂ ਆਪਣੇ ਕਰਮ ਕਰਕੇ, ਇਹ ਭਾਵੇਂ ਆਪਾਂ ਮੰਦੇ ਕਰਮ ਕਰ ਰਹੇ ਹਾਂ ਪਰ ਆਪਣੇ ਮਨ ਨੂੰ ਇਹ ਧਰਵਾਸ ਦੇ ਰਹੇ ਹਾਂ, ਆਪਣੇ ਮਨ ਨੂੰ ਇਹ ਤਸੱਲੀ ਦੇ ਰਹੇ ਹਾਂ ਕਿ ਇਹ ਚੰਗਾ ਹੀ ਹੈ, ਇਹ ਚੰਗਾ ਹੀ ਹੈ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਇਹ ਤੁਹਾਨੂੰ ਨਹੀਂ ਪਤਾ, ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੂ ਬਾਬਾ ਰੇ, ਇਹ ਆਪਣੇ ਕਰਮਾਂ ਦੀ ਗੱਤ ਕੋਈ ਦਾਅਵੇ ਨਾਲ ਕਹਿ ਹੀ ਨਹੀਂ ਸਕਦਾ। ਪਰ ਹਾਂ, ਜੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਅਤੇ ਜੇ ਜਾਣਦਾ ਹੋਇਆ ਵੀ ਕਾਹੇ ਕਿ ਕੁਸ ਲਾਤ ਹਾਥ ਦੀਪ ਕੂਏ ਪਰ, ਹੱਥ ਦੇ ਵਿੱਚ ਗਿਆਨ ਦਾ ਦੀਵਾ ਫੜਿਆ ਹੋਏ ਅਤੇ ਖੂਹ ਦੇ ਵਿੱਚ ਡਿੱਗੇ, ਇਹ ਤਾਂ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਕਿੱਕਰ ਦੇ ਬੀਜ ਹੀ ਬੋਣੇ ਨੇ। ਅਤੇ ਫਿਰ ਦਾਖ ਬਿਜੂਰੀਆਂ, ਬਿਜੌਰ ਦੇਸ਼ ਦੀਆਂ ਦਾਖਾਂ ਦੀ ਫਿਰ ਉਮੀਦ ਨਾ ਰੱਖੀਏ। ਇੱਕ ਹੋਰ ਕੋਨਸੈਪਟ ਇਹਦੇ ਵਿੱਚੋਂ ਨਿਕਲਦਾ, ਜਦ ਕਿੱਕਰਾਂ ਦੇ ਬੀਜਾਂ ਨੂੰ ਹੱਥ ਦੇ ਵਿੱਚ ਫੜਿਆ ਜਾਂਦਾ ਨਾ, ਬੜੇ ਪੂਲੇ ਹੁੰਦੇ ਆ, ਬੜੇ ਮੁਲਾਇਮ ਹੁੰਦੇ ਆ, ਬੜੇ ਪੂਲੇ ਹੁੰਦੇ ਆ, ਬੜਾ ਸਵਾਦ ਜਾਂਦਾ ਉਹਨਾਂ ਨੂੰ ਮਸਲਣ ਦਾ ਹੱਥਾਂ ਦੇ ਵਿੱਚ। ਪਰ ਜਦ ਉਹਨਾਂ ਨੂੰ ਬੋਤਾ ਜਾਂਦਾ ਉਸ ਰੁੱਖ ਨੂੰ, ਉਸ ਰੁੱਖ ਦੇ ਲਾਗੇ ਕੋਈ ਖਹਿ ਕੇ ਲੰਘੇ ਤਾਂ ਸਭ ਕੁਛ ਛਿੱਲ ਦਿੰਦਾ, ਇੰਨੇ ਕੰਡਿਆਲਾ ਹੁੰਦਾ। ਅਤੇ ਇਹਦੇ ਵਿੱਚ ਇੱਕ ਹੋਰ ਰਮਜ਼ ਹੈ, ਜਦ ਆਪਾਂ ਪਾਪ ਕਮਾਉਂਦੇ ਹਾਂ, ਜਦ ਪਾਪ ਕਰ ਰਹੇ ਹੁੰਦੇ ਹਾਂ, ਚਾਹੇ ਨਿੰਦਾ ਰੂਪ, ਚੁਗਲੀ ਰੂਪ, ਦੁਵੈਸ਼ ਰੂਪ, ਕਿਸੇ ਦੀ ਹਾਨੀ ਪਹੁੰਚਾਉਣੀ, ਕਿਸੇ ਦਾ ਜਾਣ ਕੇ ਨੁਕਸਾਨ ਕਰਨਾ, ਕਿਸੇ ਵਾਸਤੇ ਲਗਾਤਾਰ ਨੇਤਾ ਪ੍ਰਤੀ ਆਪਣੇ ਮਨ ਦੇ ਵਿੱਚ ਬੁਰੇ ਖਿਆਲਾਤ, ਨੈਗੇਟਿਵ ਥੋਟਸ ਬਣਾਏ ਰੱਖਣੇ, ਬਾਬਾ ਸਾਹਿਬ ਕਹਿੰਦੇ ਉਹ ਤਾਂ ਇਸ ਤਰ੍ਹਾਂ ਮਹਿਸੂਸ ਹੁੰਦੇ ਹੈ ਜਿਵੇਂ ਹੱਥ ਦੇ ਵਿੱਚ ਕਿੱਕਰ ਦੇ ਬੀਜ ਮਸਲ ਰਹੇ। ਬੜਾ ਮਜ਼ਾ ਆਉਂਦਾ ਉਸ ਵੇਲੇ ਪਾਪ ਕਰਨ ਦਾ, ਚਾਰ ਬੰਦੇ ਬੈਠੇ ਹੋਣ ਨਿੰਦਾ ਕਰਨ ਦਾ ਬੜਾ ਸਵਾਦ ਆਉਂਦਾ। ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਹੱਥ ਦੇ ਵਿੱਚ ਕਿੱਕਰ ਦੇ ਬੀਜ ਹੁੰਦੇ ਆ, ਕਹਿੰਦੇ ਬੜੇ ਪੂਲੇ ਲੱਗਦੇ ਆ, ਛੱਡਣ ਦਾ ਮਨ ਨਹੀਂ ਕਰਦਾ ਉਹਨਾਂ ਨੂੰ ਨਿੰਦਾ। ਸੱਚੀ ਇਹ ਸੱਚ ਹੈ, ਅਸੀਂ ਚਾਰ ਬੰਦਿਆਂ ਦੇ ਵਿੱਚ ਜਿੱਥੇ ਨਿੰਦਾ ਚੱਲ ਰਹੀ ਉੱਥੇ ਬਹਿ ਜਾਈਏ ਨਾ, ਫਿਰ ਮਾੜੀ ਜਿਹੀ ਖਾਰ ਹੋਏ ਜਿਸ ਬੰਦੇ ਦੀ ਨਿੰਦਾ ਹੋ ਰਹੀ ਹੋਏ, ਫਿਰ ਉੱਠਣ ਦਾ ਮਨ ਨਹੀਂ ਕਰਦਾ। ਬਾਬਾ ਸਾਹਿਬ ਕਹਿੰਦੇ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਕਿੱਕਰ ਦੇ ਬੀਜ ਮਸਲ ਰਹੇ ਹਾਂ ਆਪਾਂ ਹੱਥਾਂ ਦੇ ਵਿੱਚ, ਬੜੇ ਪੂਲੇ ਲੱਗਦੇ ਆ, ਬੜਾ ਚੰਗਾ। ਪਰ ਬਾਬਾ ਸਾਹਿਬ ਇੱਕ ਇਹ ਵੀ ਚੇਤਾ ਕਰਾਉਂਦੇ ਆ, ਭਾਵੇਂ ਹੱਥ ਦੇ ਵਿੱਚ ਇਹ ਬੜੇ ਪੂਲੇ ਲੱਗਦੇ ਆ ਪਰ ਜੇ ਇਹ ਬੀਜੇ ਗਏ ਨਾ, ਇਹਨਾਂ ਨੇ ਫਿਰ ਕੰਡੇ ਹੀ ਦੇਣੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ। ਤਾਂਹੀਓ ਗੁਰੂ ਸਾਹਿਬ ਇਹ ਵਾਰ ਵਾਰ ਹਦਾਇਤ ਦਿੰਦੇ, ਆਪਾਂ ਸਿੱਖੀ ਵਾਰ ਦੇ ਵਿੱਚ ਪੜ੍ਹਦੇ ਹਾਂ ਕਿ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਆ, ਜਿੱਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ। ਜਦ ਪਾਉਣਾ ਹੀ ਆਪਣਾ, ਜੋ ਜਿਹਾ ਬੀਜਾ ਸੋ ਲੁਣੈ ਕਰਮਾ ਸੰਦੜਾ ਖੇਤ, ਇਹ ਹੈ ਜਿੱਤ ਸੇਵਿਆ ਸੁੱਖ ਪਾਈਐ, ਸੇਵਣ ਦੇ ਨਾਲ ਸੁੱਖ ਹੈ। ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਸੰਭਾਲ ਕਰਨਾ ਹਿਰਦੇ ਦੇ ਵਿੱਚ, ਸੰਭਾਲਣਾ ਹਿਰਦੇ ਦੇ ਵਿੱਚ, ਚੇਤੇ ਕਰਨਾ ਜਿਸ ਤਰ੍ਹਾਂ ਬੇਸ਼ਕੀਮਤੀ ਕੋਈ ਚੀਜ਼ ਹੁੰਦੀ ਹੈ, ਖਾਸ ਕਰਕੇ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ ਨਾ, ਸਾਡਾ ਬੜਾ ਚਾਅ ਹੁੰਦਾ ਉਸ ਚੀਜ਼ ਦੇ ਨਾਲ, ਅਸੀਂ ਸੰਭਾਲ ਕੇ ਰੱਖਦੇ ਹਾਂ। ਅਤੇ ਸਾਹਿਬ ਵੀ ਨਿੱਤ ਨਵਾਂ ਹੈ, ਸਾਹਿਬ ਮੇਰਾ ਨਿੱਤ ਨਵਾਂ, ਇਹ ਨੀਤ ਨਵਾਂ ਹੈ, ਇਹਨੂੰ ਹਮੇਸ਼ਾ ਸੰਭਾਲ ਕਰੋ, ਇਹਨੂੰ ਹਮੇਸ਼ਾ। ਜਿਸ ਤਰ੍ਹਾਂ ਆਪਾਂ ਭਾਵੇਂ ਅੱਜ ਆਪਾਂ ਮੈਟਰਲਿਸਟਿਕ ਸੋਸਾਇਟੀ ਹੋ ਗਿਆ, ਕੈਪੀਟਲਿਜ਼ਮ ਸਾਡੇ 'ਤੇ ਹਾਵੀ ਹੋ ਗਿਆ, ਪਰ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ ਇਹ ਸੱਚ 850 ਸਾਲ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ, ਅੱਜ ਵੀ ਰਹੇਗਾ, ਇਹ 900 ਸਾਲ ਦੇ ਬਾਅਦ ਵੀ ਰਹੇਗਾ, ਰਹਿੰਦੀ ਦੁਨੀਆ ਤੱਕ ਰਹੇਗਾ। ਜੇ ਪਾਪ ਦੇ ਕਿੱਕਰ ਦੇ ਬੀਜ ਬੋਗੇ ਤਾਂ ਕੰਡੀ ਅੱਗੇ ਹੋਵੇਗੀ। ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ। ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਦਿੱਤੀ ਹੈ ਸਿੱਖ ਨੂੰ, ਬਾਣੀ ਪੜ੍ਹਨ ਵਾਲੇ ਨੂੰ, ਜਿਹੜਾ ਵੀ ਕਾਰਜ ਕਰਨ ਲੱਗੇ ਹੋ ਉਹਨੂੰ ਇੱਕ ਵਾਰੀ ਬੈਠ ਕੇ ਲੰਮੀ ਨਜ਼ਰ ਦੇ ਨਾਲ ਨਿਹਾਲ ਲਓ ਕਿ ਇਹਦੇ ਨਤੀਜੇ ਕੀ ਹੋਣਗੇ ਕਰਨ ਤੋਂ ਪਹਿਲਾਂ। ਕਮਾਲ ਦੀ ਗੱਲ, ਕਮਾਲ ਦੀ ਗੱਲ ਹੈ।
कि दे लम्मी नज़र निहाली है और ये लम्मी नज़र ये दूर की सोचनी दूर अंदेशी इनू दिव दृष्टि भी कह सकते हैं ये बाणी तो मिलती है बाणी की मत तो मिलती है बाणी के विचारे जाण तो मिलती है कि जित सेव्या सुख पाई है सो साहिब सदा संभाली है जित कीता पाई है अपना सा काल बुरी क्यों कारी है मंदा मूल ना कीचे दे लम्मी नज़र निहाली है ये है दे लम्मी नज़र निहाली है जो साहिब नाल नहारी है एवे हा पासा ढाली है हुण एक जितण वाला पासा है ते एक हारण वाला पासा है एक किकर दे बीज ने ते एक ए समझ लो कि हाथ दे विच बिजौर दियां दाखां दे बीज ने दाखां दे बीज बड़े सख्त होंदे है इन्ने एक सख्त होंदे है वह हत्थां दे विच मसले नहीं जांदे जिवें किकर दे तुसीं मसलदे वह नहीं मसले जांदे पर दाखां च बीज दियां जान ते फिर फल लगदे आ मिठे इसी तरह धर्म का जिहड़ा खेतर है ना वह दाखां दे बीजां दी तरह है हाथ दे विच ते बड़े खोरे लगते हैं धर्म के मार्ग से तुरना बहुत औखा लगता है आलस सता शरीर सता फुरने सता सब तो भैड़ा ये मन सता पर फरीद जी कहें फिर जे बीजते तो आप किकर दे बीज हाँ तो आप सोचते हैं सानू दाखा मिलनगियाँ ये नहीं होएगा धर्म के मार्ग से ये नहीं होएगा इतने सचो ही सच निबड़ा इतने सचो ही सच निबड़िया जाएगा इंसाना दे खेतर दे विच इंसाना दी दुनिया दे विच सच झूठ दी तकड़ी चल सकती है पर महाराज दे धर्म दे खेतर दे विच इत्थे सचो ही सच है इत्थे तेरा तेरा वाला सच है कहिंदे हेड़ा जलै मजीठ वाई वो कहिंदे हंडै उन कताएं दा पैदा लोड़ै पट ते आपा उन बगुन रहे हां बना रहे हां उन ते आपां ए मन दे विच सोच रहे हैं कि ए उन हुण रेशम बन जाए उन रेशम किवें बन सकता है किथे उन ते किथे रेशम जमीन आसमान दा फर्क है वूल और रेशम दे विच किन्ना बेशकीमती रेशम है किन्ना महंगा रेशम हुंदा है ते बाबा साहब कहिंदे हंडा उन कताएं दा वड़दा पिया उन ते सोचदा पिया कि ए मैं पट नूं वढ रहा रेशम नूं पट कहिंदे रेशम नूं बाणी च बार बार आया जिन पट अंदर बाहर गुदड़ ते भले संसार जिन्हां दा अंदर रेशम है अंदर सहज है जिन्हों गुरु ग्रंथ साहब जी की बाणी कहती मुसलमान मोम दिल होवे भावें ये मुसलमान नूं ताकीद है पर हर एक सिख नूं इहदे विचों मोम दिल होण दी भी ताकीद है कि सिख भी मोम दिल होवे जे उन बीजी जे उन दा कारोबार है तो फिर उन रेशम नहीं बने उन ही रहे जे माड़े ख्यालात ने आले दुआले तो वह बंदगी दे ख्यालात दे विच इन्नी छेती नहीं प्रतीत होंगे जे लगातार पाप कीता है तो पाप ही किकर दे कंडे ही उन ही मिलेगी रेशम नहीं मिलेगा जी फरीदा गलिए चिकड़ दूर घर नाल प्यारे नेह चला ता पिजै कमली रहा ता टुटै नेह तुसी इस धरती का सूफी का जिन्ना भी इतिहास है सूफ मत का सूफीजम का और जिन्या भी लिखता ने रूमी तो शुरू हो जाओ रूमी तो लैके इस तो बाद जिन्हें भी सूफी फकीर कई सिलसिले ने बाबा शेख फरीद होरां दा चिश्ती सिलसिला है कोई दस्तगीर सिलसिला है सूफीजम दे इस तरह कई सिलसिले जिन्ना भी सूफ मत नूं पढ़िया सूफीजम दे इन्हां फकीरां नूं इन्हां नूं पढ़िया दो चीज़ां सब तो अहम सामने आई बाबा शेख फरीद वर्गे विछोड़े दी तां जिहड़ी मिलाप दे विच बदलदी है वह होर किसी लिखतां च नहीं है इस धरती दी जिहड़ी विछोड़े ते मिलाप तक ते बिरहा बिरहा कहिंदे विछोड़े नूं ये दो चीज़ां ये तुसी हिंदुस्तान की वर्ड दे कोई भी लिटरेचर नूं चक लो जिहड़ा बिरहा जिहड़ा मिलाप दा एक अंदर दी तड़प वाला सच बाबा शेख फरीद बयान कर रहे हैं वह कितों भी नहीं मिलेगा इतों तक अखां सेजल हो जांदियां बहुत भाव नाल इहनूं पढ़िए भाव नाल पढ़िए बाबा साहब कहिंदे फरीदा गलिए चिक्कड़ दूर घर नाल प्यारे ने उस खसम नाल प्यार है इनू
ਬਹੁਤ ਉਦਾਹਰਨਾਂ ਨਾਲ ਬੜੇ ਵਿਦਵਾਨਾਂ ਨੇ ਬੜੇ ਤਰੀਕੇ ਨਾਲ ਇਹਦੇ ਅਰਥ ਕੀਤੇ ਨੇ। ਗੁਰੂ ਘਰ ਜਾਣ ਦੇ ਵੀ ਅਰਥ ਕੀਤੇ ਨੇ ਸਿੱਖ ਦੇ ਕਿ ਜੇ ਇਸ ਤਰ੍ਹਾਂ ਦਾ ਮਾਹੌਲ ਹੋਏ, ਇਸ ਤਰ੍ਹਾਂ ਦੀ ਤਬਦੀਲੀ ਹੋਏ ਤਾਂ ਗੁਰੂ ਕੇ ਪਿਆਰੇ ਸਿੱਖ ਇਤਿਹਾਸ ਦੇ ਵਿੱਚ ਇਹ ਤੁੱਕਾਂ ਚੇਤੇ ਕਰਦੇ ਹੋਏ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚੋਂ ਘੋੜੇ ਸਮੇਤ ਚੁੱਬੀ ਮਾਰ ਕੇ ਬਾਹਰ ਨਿਕਲ ਜਾਂਦੇ ਸੀ। ਅਬਦਾਲੀ ਦੇ ਸਮੇਂ, ਅਬਦੁਲ ਸਮਦ ਖਾਨ ਮੀਰ ਮਨੂ ਦੇ ਸਮੇਂ, ਜਦ ਦਰਬਾਰ ਸਾਹਿਬ 'ਚ ਆਉਣ ਦੀ ਮਨਾਹੀ ਹੁੰਦੀ ਸੀ ਸਖ਼ਤ, ਗੁਰੂ ਕੇ ਸਿੱਖ ਇਹ ਜਪਦੇ ਜਾਂਦੇ ਸੀ, ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੈ ਕਮਲੀ ਰਹਾਂ ਤਾਂ ਟੁੱਟੈ ਨੇ। ਅਤੇ ਪਰ ਇੱਥੇ ਗੁਰੂ ਕੇ ਸਿੱਖਾਂ ਨੇ ਨੇ ਕਹਿੰਦੇ ਆ ਮੂੰਹ ਨੂੰ, ਪਿਆਰ ਨੂੰ, ਅੰਦਰ ਦੀ ਪ੍ਰੀਤ ਨੂੰ, ਇਹਨੂੰ ਟੁੱਟਣ ਨਹੀਂ ਦਿੱਤੇ। ਇੱਥੇ ਬਾਬਾ ਸ਼ੇਖ ਫਰੀਦ ਜੀ ਦੀ ਇੱਕ ਕਹਾਣੀ, ਇੱਕ ਸਾਖੀ ਮਿਲਦੀ ਹੈ ਕਿ ਜਿਸ ਵੇਲੇ ਬਾਬਾ ਸ਼ੇਖ ਫਰੀਦ ਅਜਮੇਰ ਸ਼ਰੀਫ ਆਪਣੇ ਮੁਰਸ਼ਦ ਕੋਲ ਮਈਉਦੀਨ ਚਿਸ਼ਤੀ, ਇਹ ਖਵਾਜਾ ਮਈਉਦੀਨ ਚਿਸ਼ਤੀ ਦਾ ਜ਼ਿਕਰ ਹੈ, ਉਹਨਾਂ ਦੀ ਸੇਵਾ ਕਮਾਈ ਹੈ ਤਕਰੀਬਨ ਉਹਨਾਂ ਨੇ 12 ਸਾਲ ਦਾ ਜ਼ਿਕਰ ਹੈ। ਜਿਸ ਵੇਲੇ ਉਹਨਾਂ ਦੇ ਅਜਮੇਰ ਸ਼ਰੀਫ ਉਹ ਰਹੇ ਨੇ, ਉਹ ਉਹਨਾਂ ਨੂੰ ਗਰਮ ਪਾਣੀ ਨਾਲ ਨਵਾਉਂਦੇ ਸੀ। ਇਹ ਕਰਤਾ ਲਿਖਦਾ ਹੈ ਫਰੀਦਕੋਟੀਏ ਦਾ ਟੀਕਾ, ਜਿਹੜਾ ਫਰੀਦਕੋਟੀਏ ਦਾ ਟੀਕਾ ਹੈ ਉਹਦਾ ਜ਼ਿਕਰ ਕਰਦਾ, ਸਿਰਫ ਟਿਊਪ ਮਾਤਰ, ਸੱਚ ਹੈ ਨਹੀਂ ਹੈ ਮਨੌਤ ਹੈ ਕੀ ਹੈ। ਬਾਬਾ ਸ਼ੇਖ ਫਰੀਦ ਗਰਮ ਪਾਣੀ ਲੈ ਕੇ ਆਉਂਦੇ ਸੀ ਕਰਕੇ ਅਤੇ ਆਪਣੇ ਨਵਾਉਂਦੇ ਸੀ ਮੁਰਸ਼ਦ ਨੂੰ। ਪਰ ਇੱਕ ਦਿਨ ਮੀਂਹ ਪੈਂਦਾ ਸੀ ਅਤੇ ਅੱਗ ਬੁਝ ਗਈ, ਅੱਗ ਨਹੀਂ ਜਲੀ ਔਰ ਸਾਰੇ ਪਿੰਡ ਦੇ ਵਿੱਚ ਕਿੱਥੇ ਵੀ ਅੱਗ ਨਹੀਂ, ਅਤੇ ਦੂਰ ਕਿਸੇ ਘਰ ਦੇ ਵਿੱਚ ਇੱਕ ਦੀਆ ਬਲਦਾ ਸੀ। ਅਤੇ ਬਾਬਾ ਸ਼ੇਖ ਫਰੀਦ ਇਹ ਮਨ ਦੇ ਵਿੱਚ ਸੋਚਦੇ ਹੈ ਕਿ ਗਲੀਏ ਚਿੱਕੜ ਦੂਰ ਘਰ, ਹੁਣ ਉਸ ਘਰ ਨੂੰ ਵੀ ਸੰਬੋਧਨ ਹੋ ਕੇ ਜਿਹੜੇ ਘਰ ਦੇ ਵਿੱਚ ਦੀਆ ਬਲਦਾ, ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੈ ਕੰਬਲੀ, ਕੰਬਲੀ ਇੱਕ ਹੈ, ਮੀਂਹ ਪੈ ਰਿਹਾ, ਜੇ ਚੱਲਾਂਗਾ ਤਾਂ ਭਿੱਜ ਜਾਵਾਂਗਾ, ਪੋਹ ਦੇ ਮਹੀਨਾ, ਸਰਦੀਆਂ ਦੇ ਦਿਨ। ਪਰ ਇਹਦਾ ਸਿੱਧਾ ਸੰਬੰਧ ਇਸ ਕਹਾਣੀ ਦਾ ਅੰਦਰ ਦੇ ਖੇਡ ਨਾਲ, ਗਲੀਏ ਚਿੱਕੜ ਦੂਰ ਘਰ, ਇਹ ਚਿੱਕੜ ਕਿਹੜਾ, ਮੋਹ ਦਾ, ਇਹ ਚਿੱਕੜ ਹੈ ਮਾਇਆ ਦਾ। ਆਪਾਂ ਰੋਜ਼ ਪੜ੍ਹਦੇ ਹਾਂ ਤਿੱਤ ਸਰ ਵਰੜੇ ਭੈਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀ ਆ, ਪੰਕਜ ਮੋਹੋਂ ਪੱਗ ਨਹੀਂ ਚੱਲ ਹੈ। ਪੰਕਜ ਕਹਿੰਦੇ ਕਮਲ ਫੁੱਲ ਨੂੰ, ਅਤੇ ਕਮਲ ਦਾ ਫੁੱਲ ਲੱਗਦਾ ਚਿੱਕੜ ਦੇ ਵਿੱਚ। ਪੰਕਜ ਇਹ ਚਿੱਕੜ ਕਿਹਦਾ, ਮੋਹ ਦਾ, ਅਤੇ ਪੱਗ, ਪੱਗ ਕਹਿੰਦੇ ਪੈਰ, ਪੈਰ ਨਹੀਂ ਚੱਲਦੇ, ਪੰਕਜ ਮੋਹੋਂ ਪੱਗ ਨਹੀਂ ਚੱਲ ਹੈ, ਇਹ ਹੈ ਗਲੀਏ ਚਿੱਕੜ ਦੂਰ ਘਰ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਹਮ ਦੇਖਾ ਤਹ ਡੂਬੀ ਵਾਲੇ, ਇਸ ਦਲਦਲ ਦੇ ਵਿੱਚ ਸਭ ਡੁੱਬਦੇ ਜਾ ਰਹੇ ਹਨ, ਇਹ ਵਾਲਾ ਦਲਦਲ। ਉਸ ਅੰਦਰ ਦੇ ਘਰ ਦਾ, ਉਸ ਅੰਦਰ ਦੇ ਗਿਆਨ ਰੂਪੀ ਪ੍ਰਕਾਸ਼ ਦੇ ਪ੍ਰਾਪਤੀ ਦੇ ਵੱਲ ਜਿਹੜੇ ਯਤਨ ਕਰਦੇ ਆ ਨਾ, ਜਦ ਬੈਠਦੇ ਹਾਂ ਮੂੰਹ ਦੀਆਂ ਤੰਦਾਂ ਕੱਸ ਜਾਂਦੀਆਂ, ਕਾਮਨਾਵਾਂ ਦੀਆਂ ਤੰਦਾਂ ਕੱਸ ਜਾਂਦੀਆਂ, ਕਿਸੇ ਦੇ ਨਾਲ ਕ੍ਰੋਧ ਹੁੰਦਾ ਹੈ, ਕਿਸੇ ਦੇ ਨਾਲ ਗਫਲਤ ਵਾਲੇ ਵਿਚਾਰ ਹੁੰਦੇ ਆ, ਉਹ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਆ, ਸਿਮਰਨ ਦੇ ਵਿੱਚ ਬੈਠੇ ਹੀ ਠੰਡੇ ਤੱਤੇ ਹੋਣ ਲੱਗ ਜਾਂਦੇ ਆ ਅਸੀਂ। ਅਤੇ ਇਹ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਇਹ ਚਿੱਕੜ ਹੈ, ਪੰਕਜ ਮੋਹ ਪੱਗ ਨਹੀਂ ਚੱਲ ਹੈ, ਹਮ ਦੇਖਾ ਤਹ ਡੂਬੀ ਵਾਲੇ ਮਨ, ਏਕ ਨਾ ਚੇਤ ਸਮੂਣ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ। ਜੇ ਨਹੀਂ ਤੁਰੇਗਾ ਤੇ ਗੁਣ ਗਲਣਗੇ, ਜੇ ਤੁਰੇਗਾ ਤਾਂ ਹੀ ਗੁਣਾਂ ਵੱਲ ਵਧੇਗਾ, ਪਰ ਇਹ ਚਿੱਕੜ ਨਹੀਂ ਵਧਣ ਦਿੰਦਾ, ਗਲੀਏ ਚਿੱਕੜ ਦੂਰ ਕਰ। ਔਰ ਇਹਦਾ ਸੰਬੰਧ ਇੱਕ ਸਿੱਖ ਇੱਕ ਜਗਿਆਸੂ ਲਈ ਸਿੱਧਾ ਅੰਦਰ ਦੇ ਨਾਲ, ਬਾਹਰ ਨਾਲ ਨਹੀਂ। ਇਹ ਸਪਸ਼ਟ ਹੋ ਗਿਆ ਕਿ ਮੋਹ ਦਾ ਚਿੱਕੜ, ਮਾਇਆ ਦਾ ਚਿੱਕੜ ਅੰਦਰ ਵੱਲ ਨੂੰ, ਅੰਦਰ ਦੀ ਸੁਰਤ ਦੇ ਸਫ਼ਰ ਨੂੰ ਵਧਣ ਨਹੀਂ ਦਿੰਦਾ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੈ ਕਮਲੀ। ਹੁਣ ਕਮਲੀ ਕਿਹੜੀ ਭਿੱਜਦੀ ਹੈ, ਇਹ ਕਮਲੀ ਹੈ ਸੰਸਾਰ ਦੀ, ਇਹ ਸੰਸਾਰ ਦੀ ਕਮਲੀ ਭਿੱਜਦੀ ਹੈ, ਇਹਨੂੰ ਭਿੱਜਣ ਨਹੀਂ ਦਿੰਦਾ ਇਨਸਾਨ ਕਿ ਨਹੀਂ ਇਹ ਸੁੱਕੀ, ਸੁੱਕੀ ਤੋਂ ਭਾਵ ਕਿ ਸੁੱਖ ਰਹੇ, ਸੁੱਖੀ ਸੁੱਖ ਰਹੇ, ਇਹ ਭਾਰੀ ਨਾ ਹੋ ਜਾਏ, ਇਹ ਭਾਰੀ ਲੋਕ ਤਾਣੇ ਮੇਣੇ ਨਾ ਮਾਰਨ ਲੱਗ ਜਾਣ ਕਿ ਕਿਵੇਂ ਇਹ ਸੰਸਾਰੀ ਤੋਂ ਨਿਰੰਕਾਰੀ ਹੋ ਗਿਆ, ਕਿ ਨਿਰੰਕਾਰ ਨੂੰ ਧਿਆਉਣ ਵਾਲਾ ਹੋ ਗਿਆ, ਸਤਿਗੁਰ ਨੂੰ ਸੱਚੇ ਪਾਤਸ਼ਾਹ ਨੂੰ ਧਿਆਉਣ ਵਾਲਾ ਹੋ ਗਿਆ, ਇਹ ਉਸ ਪਾਸੇ ਤੁਰ ਪਿਆ, ਇਹ ਨਾਨਕ ਦਾ ਨਿਰੰਕਾਰੀ ਹੋ ਗਿਆ, ਗੁਰੂ ਕਾ ਸਿੱਖ ਹੋ ਗਿਆ। ਅਤੇ ਇਹ ਕਮਲੀ ਭਾਰੀ, ਰਹਾਂ ਤਾਂ ਟੁੱਟੇ ਨਹੀਂ, ਪਰ ਜੇ ਰਵਾਂਗਾ ਤਾਂ ਨਹੀਂ ਟੁੱਟੇਗਾ, ਅਤੇ ਨਹੀਂ ਟੁੱਟਣਾ ਬਿਲਕੁਲ ਵੀ ਬਰਦਾਸ਼ਤ ਨਹੀਂ, ਬਿਲਕੁਲ ਵੀ ਬਰਦਾਸ਼ਤ ਨਹੀਂ। ਅੱਗੇ ਕਹਿੰਦੇ ਭਿੱਜੋਂ ਸਿੱਜੋਂ ਕਮਲੀ ਅੱਲਹ ਵਰਸੇ ਮੇਹ, ਜਾਏ ਮਿਲਾ ਤਿਨਾ ਸਜਣਾ ਟੁੱਟੋ ਨਾਹੀ ਨੇਹ। ਕਹਿੰਦੇ ਹੁਣ ਭਾਵੇਂ ਕਮਲੀ ਭਿੱਜ ਜਾਏ,
या खुदा दुआए वसल ना हरगिज़ कबूल हो, फिर जीने में क्या रहेगा जो हसरत निकल। एक दुआए वसल, वसल कहते मिलाप, एक नबी कहता है दुआए वसल ना हरगिज़ कबूल हो। जे तू चाहता है कि मेरा तेरा मिलाप ना हुए तो फिर मैं जबरदस्ती नहीं करता, ना हुए। जे तू चाहता है कि वसल ना हुए, विछोड़ा ही रहे तो ठीक है, विछोड़ा ही रहे फिर। पर एक चीज़ मैनू ये बख्शी, मेरे मन दे विच एक एहो जा प्यार रहण दी कि ये हसरत जेड़ी है तैनू मिलण दी, ये जेड़ी हसरत बनी रहे भावें मिलाप ना होए सारी जिंदगी, पर जिस दिन उन्हू मिलण दी हसरत खत्म होगी, बाबा शेख फरीद कहिंदे सब कुछ खत्म, ने खत्म हो गया, प्रीत खत्म होगी, अंदरों बंजर हो जाएगा, अंदरों सुख जाएगा। पर सुके नू हरा करन वाला वो प्रभु आप है, उस प्रभु दा स्नेह है कि उदे विच मिलाप दा, मिलाप जद मर्जी होए, जेड़े मर्जी जन्म दे विच होए, पर जिन्ना चिर इस धरती ते जीवी है जिसी रूप दे विच भी, उदे स्नेह दे विच, उदे इबादत दे नेह दे विच रही। या खुदा दुआए वसल ना हर किस कबूलो, फिर जीने में क्या रहेगा जो हसरत निकल गई। तेनू भावें मिलाप ना होया पर तेरे विछोड़े दा दर्द अंदर बनया रहे कि प्रभु विछड़े हुए हैं, हजे विछड़े हुए हैं, हजे मिलना है। बाबा साहब कहते कि भावें पिजों सिजों कमली अलोह वरसों में कहते मीह पैंदा रहे, ये संसारी रूप दा जाए मिला तिना सजना टूटो ना ही नहीं हो, मिलना है उन्हें सजना दे नाल, भावें संसार के जिन्ने भी औकड़ रोकते हैं, जिन्ने भी संसारी कर्म रोकते हैं, उन्होंने पिछे खट के इस पासे तुरे जाना है। अगा पुतराल पेछा फिरना मोडड़ा, नानक सिज इवेहा वार, सिज कहिंदे प्राप्ति दर्शन, बहर ना हुई जन्मड़ा, होर फिर मौका नहीं है। अगे कहिंदे जी फरीदा मैं भुलावा पगदा, मत मैली होए जाए गहला रू ना जाननी, सिर भी मिट्टी खाए। इहदे नाल भी एक साखी जुड़ी है, बाबा शेख फरीद जी दे नाल एक मुसलमान एक सौदागर नमाज अदा करन लगा, पर जिस वेले उन्होंने नमाज अदा करनी सी मसल्ला नहीं सी उन्हां को बिछाउण वाला, ते थले मिट्टी दे उत्ते बह के नमाज अदा शुरू करने लगे। बाबा साहब अपनी नमाज अदा करते रहे, पर वो जिस वेले उत्तों उठ के सजदे दे वल झुकदा सी ते वो अपना मथा अपना सिर धरती ते नहीं लाउंदा सी, उन्हों ए सी कि मेरी पग ना किथे मिट्टी दे नाल लिबड़ जाए। ये इतिहास दे विच कि फरीदा मैं भुलावा पग दा, मत मैली होए जाए। हुण सिख इतिहास दे विच पग की बहुत अहमियत है, पग की बहुत अहमियत है, बहुत ज़्यादा। इनू आपां सिर दे के लईआं सरदारियां भी कहिंदे आ कि इहदे वास्ते किन्नी कुछ शहादतां होईआं। पर गुरु गोबिंद सिंह महाराज जी ने यह पग ते बाबा शेख फरीद जी की बाणी की यह पग ये अणख वाली है, ये मरे हुए जमीर की पग बनी नहीं है। बाबा शेख फरीद कहते कि तैनू ये भुलावा है कि तेरी पग ते माड़ी जी मिट्टी लग जाएगी, पर तैनू नमाज अदा करते इबादत करते खुदा दी ये एहसास नहीं है कि एक दिन कि गहला रूह ना जाने कि तेरा अंदर ये नहीं जानता कि सिर भी मिट्टी खाए, एक दिन इस सिर दे विच खे पै जाने, इनू खा जाना खे। और इहदा सीधा संबंध है इबादत दे विच आई हुई आलस ते ढिल दा, कि जिहड़ा इंसान इबादत दे विच ढिल करदा है कि सोए रही प्रभ खबर ना जाने, भौर पिया बहर पछताने, कि सारी जिंदगी सारी उम्र सोंदे लगदी माया की नींद दे विच, जिन्हों गुरु ग्रंथ साहब जी की बाणी कहिंदे नैनो नीर परदिष्ट विकार, अखां सुतियां हुईयां पराई दृष्टि दे विकार दी, श्रवण सोए सुनिंद विचार, कन सुते हुए निंदा सुन सुन के, ते फिर मन सोया माया विस्मार, मन भी इस माया दे रंग तमाशिया च सुता होया। इस ग्रह में कोई जागत रह साबत बस तो अपनी लह, कि इस घर दे विच कोई जागत रहिंदा
ਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਕਿ ਸਾਰੀ ਉਮਰ ਸੁੱਤੇ ਲੰਘ ਗਈ ਅਤੇ ਇਹ ਅਹਿਸਾਸ ਨਹੀਂ ਹੋਇਆ ਕਿ ਇਸ ਸਿਰ ਦੇ ਵਿੱਚ ਵੀ ਕਿ ਇਬਾਦਤ ਵੱਲ ਢਿੱਲ ਕਰਦੀ ਆ। ਇਬਾਦਤ 'ਚ ਢਿੱਲ ਨਹੀਂ, ਸੋਈ ਰਹੀ ਪ੍ਰਭ ਖਬਰ ਨਾ ਜਾਣੀ, ਭੌਰ ਪਿਆ ਜਿਸ ਵੇਲੇ ਸਵੇਰ ਹੋ ਗਈ, ਸਮਾਂ ਆ ਗਿਆ ਬਹੁਤ ਪਛਤਾਣੀ, ਪ੍ਰਿਆ ਪ੍ਰੇਮ ਸਹਿਜ ਮਨ ਆਨੰਦ ਧਰੋਰੀ। ਪ੍ਰਿਆ ਕਹਿੰਦੇ ਵਾਹਿਗੁਰੂ ਪਤੀ ਨੂੰ, ਉਹਦੇ ਨਾਲ ਆਨੰਦ ਰੂਪ ਦੇ ਵਿੱਚ ਬਾਣੀ ਦਾ ਇੰਨਾ ਆਨੰਦ, ਸਿਮਰਨ ਦਾ ਇੰਨਾ ਆਨੰਦ ਮਾਣੋ, ਰੱਜ ਰੱਜ ਕੇ ਮਾਣੋ, ਜਦ ਦਿਨ ਦੇ ਵਿੱਚ ਮੌਕਾ ਮਿਲੇ, ਰਾਤ ਦੇ ਵਿੱਚ ਨੀਂਦ ਖੁੱਲੇ, ਉੱਠ ਕੇ ਬੈਠ ਕੇ ਭਾਵੇਂ ਲੇਟੇ ਹੋਏ ਉਸ ਗੁਰੂ ਦੇ ਨਾਮ ਦੀ ਝੜੀ ਚੱਲੀ ਰਹੇ ਹਨ। ਪ੍ਰਿਆ ਪ੍ਰੇਮ, ਪ੍ਰੇਮ ਦੇ ਵਿੱਚ ਸਹਿਜ ਰੂਪ ਦੇ ਵਿੱਚ ਇੰਨਾ ਕੁ ਸਹਿਜ ਹੋਏ ਕਿ ਅੰਦਰੋਂ ਤੱਤ ਨਾ ਹੋਏ, ਇੰਨਾ ਕੁ ਪਿਆਰ ਹੋਏ, ਇੰਨੀ ਕੁ ਇਬਾਦਤ ਦਾ ਚਾਅ ਹੋਏ। ਪ੍ਰਿਆ ਪ੍ਰੇਮ ਸਹਿਜ ਮਨ ਆਨੰਦ ਧਰੋਰੀ, ਪ੍ਰਭ ਮਿਲਵੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋਰੀ। ਹੁਣ ਕਾਹਦਾ ਆਲਸ ਹੈ, ਮਿਲਣਾ ਪ੍ਰਭੂ ਨੂੰ ਹੈ, ਇਹਨੂੰ ਮਿਲਣ ਦਾ ਕਾਹਦਾ ਆਲਸ ਹੈ। ਪ੍ਰਭ ਮਿਲਵੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋਰੀ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ। ਕਰ ਕਹਿੰਦੇ ਹੱਥਾਂ ਦੇ ਵਿੱਚ, ਇਹਦੇ ਵਿੱਚ ਜੀਵਨ ਰੂਪੀ ਅੰਮ੍ਰਿਤ, ਸਵਾਸਾਂ ਦਾ ਅੰਮ੍ਰਿਤ, ਬੰਦਗੀ ਦਾ ਅੰਮ੍ਰਿਤ ਦਿੱਤਾ ਸੀ। ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਹੋਇਆ ਕਿ ਖਿਸਰ ਗਏ ਉਹ ਭੂਮ ਪਰ ਡਰ, ਖਿਸਰ ਗਿਆ, ਸੰਭਾਲ ਨਹੀਂ ਕੀਤੀ, ਅਣਗਹਿਲੇ ਹੋ ਗਏ, ਤੁਰੀ ਗਏ ਅੰਮ੍ਰਿਤ ਵੱਲ ਤਾਂ ਵੇਖਿਆ ਹੀ ਨਹੀਂ ਕਿ ਅੰਦਰ ਹੁੰਦਾ ਭਰਿਆ ਸੀ ਅੰਮ੍ਰਿਤ ਦਾ, ਅੰਦਰ ਅੰਮ੍ਰਿਤ ਦਾ ਕੁੰਠ ਸੀ ਬਾਣੀ ਦਾ, ਬਖਸ਼ਿਸ਼ ਦਾ, ਨਾਮ ਦਾ। ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਏ ਭੂਮ ਪਰ ਡਾਰਿਓ, ਧਰਤੀ 'ਤੇ ਡਿੱਗ ਗਿਆ ਉਹ। ਅਤੇ ਇੱਕ ਦਿਨ ਅਸੀਂ ਵੀ ਡਿੱਗ ਜਾਣਾ ਧਰਤੀ 'ਤੇ ਇਸੀ ਤਰ੍ਹਾਂ, ਕਿ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਇਹ ਆਲਸ ਹੈ। ਗੁਰੂ ਰਾਮਦਾਸ ਮਹਾਰਾਜ ਜੀ ਜਿਸ ਵੇਲੇ ਸੇਵਾ ਕਰਦੇ ਬੌਲੀ ਸਾਹਿਬ ਦੀ, ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਸੇਵਾ ਕਰਵਾਈ, ਅਤੇ ਭਾਈ ਜੇਠਾ ਜੀ ਸੇਵਾ ਕਰਦੇ ਸੀ ਅਤੇ ਕੱਪੜੇ ਲਿਬੜੇ ਹੁੰਦੇ ਸੀ ਚਿੱਕੜ ਦੇ ਵਿੱਚ। ਇੱਕ ਦਿਨ ਲਾਹੌਰ ਹੀ ਆਏ, ਲਾਹੌਰ ਤੋਂ ਜਿੱਥੋਂ ਦਾ ਜਨਮ ਗੁਰੂ ਰਾਮਦਾਸ ਜੀ ਦਾ, ਭਾਈ ਜੇਠਾ ਜੀ ਦਾ, ਅਤੇ ਉਹਨਾਂ ਨੇ ਤਿਤਕਾਰ ਦਿੱਤੀ ਕਿ ਇਹ ਕੌਣ ਹੈ। ਉਹ ਕਹਿੰਦੇ ਜੀ ਮੈਂ ਜੇਠਾ। ਕਹਿੰਦੇ ਇਹ ਜੇਠਾ, ਸਿਰ ਤੋਂ ਪਹਿਲਾਂ ਤੱਕ ਤੂੰ ਲਿਬੜਿਆ ਹੋਇਆ ਚਿੱਕੜ ਦੇ ਵਿੱਚ, ਤੂੰ ਸਾਡੀ ਬਿਲਕੁਲ ਇੱਜ਼ਤ ਨਹੀਂ ਰਹਿਣ ਦਿੱਤੀ, ਘੱਟੋ ਘੱਟ ਗਰੀਬ ਹੋ ਕੇ ਰਹਿ ਲੈਂਦਾ ਅਤੇ ਸਾਡੇ ਨਾਲ ਰਹਿ ਲੈਂਦਾ, ਇੱਥੇ ਅਸੀਂ ਸੋਚਿਆ ਤੂੰ ਬੜੀਆਂ ਸਰਦਾਰੀਆਂ ਮਾਣਦਾ ਹੋਏਗਾ। ਉਸੀ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਲਫ਼ਜ਼ ਸੁਣੇ ਅਤੇ ਉਹਨਾਂ ਨੂੰ ਦੱਸਿਆ, ਭਾਈ ਇਹ ਨਾਨਕ ਦੇ ਘਰ ਦਾ ਚਿੱਕੜ ਨਹੀਂ ਹੈ, ਇਹ ਗੁਰੂ ਨਾਨਕ ਦੇ ਘਰ ਦਾ ਕੇਸਰ ਹੈ, ਇਹ ਟੋਕਰਾ ਨਹੀਂ ਹੈ ਸਿਰ ਦੇ ਉੱਤੇ ਜੇਠੇ ਦੇ, ਇਹ ਬਾਬੇ ਨਾਨਕ ਦੇ ਘਰ ਦਾ ਛਤਰ ਹੈ। ਅਤੇ ਗੁਰੂ ਘਰ ਦੇ ਵਿੱਚ ਸੇਵਾ ਔਰ ਸਿਮਰਨ ਦੀ ਢਿੱਲ ਨਹੀਂ ਹੋਣੀ ਚਾਹੀਦੀ ਕਿ ਇੱਕ ਦਿਨ ਖੇ ਹੋ ਜਾਣਾ, ਅਸੀਂ ਚਾਰ ਪੈਸਿਆਂ ਦੇ ਕੱਪੜੇ ਪਾਏ ਨੂੰ ਆਪਾਂ ਪਰਵਾਹ ਕਰੀਏ ਗੁਰੂ ਘਰ ਦੇ ਵਿੱਚ। ਅਤੇ ਇਸੀ ਕਰਕੇ ਗੁਰੂ ਘਰ ਆਉਣ ਦੀ ਸਾਦੇ ਵਸਤਰਾਂ ਦੀ ਮਰਿਆਦਾ ਹੈ, ਸਾਦੇ ਤੋਂ ਸਾਦੇ ਵਸਤਰਾਂ ਦੀ ਮਰਿਆਦਾ ਹੈ, ਕਿਉਂਕਿ ਬੰਦਗੀ ਵਾਲੇ ਥਾਂ 'ਤੇ ਭਾਵੇਂ ਸਾਡਾ, ਅਸੀਂ ਭਾਵੇਂ ਦਾਅਵਾ ਕਰਦੇ ਰਹੀਏ ਕਿ ਕੱਪੜਿਆਂ ਦਾ ਸਾਡੇ 'ਤੇ ਅਸਰ ਨਹੀਂ ਹੁੰਦਾ, ਪਰ ਕਿਸੇ ਦੇ ਉੱਤੇ ਵੀ ਅਸਰ ਹੋ ਜਾਂਦਾ, ਕਿਸੇ ਦੇ ਉੱਤੇ ਵੀ ਅਸਰ ਹੋ ਸਕਦਾ, ਕਿਸੇ ਦੇ ਜੁੜਿਆ ਹੋਇਆ ਮਨ ਵੀ ਖੰਡਿਤ ਹੋ ਸਕਦਾ, ਇਹ ਵੀ ਚੰਗਾ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਇਹ ਸਮਝੋ ਕਿ ਇੱਕ ਦਿਨ ਇੱਥੋਂ ਤੁਰ ਜਾਣਾ, ਪੱਗ ਰੂਪ ਦੇ ਵਿੱਚ ਭਾਵੇਂ ਤੁਹਾਡੀ ਦਸਤਾਰ, ਭਾਵੇਂ ਸਾਡੀ ਗੁਫਤਾਰ, ਭਾਵੇਂ ਰਫਤਾਰ, ਇਹ ਤਿੰਨੋਂ ਚੀਜ਼ਾਂ ਦੇ ਵਿੱਚ ਸਾਦਗੀ ਹੋਵੇ, ਸਾਦਗੀ ਅਮੀਰੀ ਵੀ ਹੋਵੇ, ਅਮੀਰੀ ਦੇ ਨਾਲ ਸਾਦਗੀ ਵੀ ਹੋਵੇ, ਦਸਤਾਰ ਰਫਤਾਰ ਗੁਫਤਾਰ ਦੇ ਵਿੱਚ। ਦਸਤਾਰ ਹੋ ਗਈ ਸਾਡੇ ਸਾਰਾ ਕੁਝ ਦਿੱਖ, ਰਫਤਾਰ ਸਾਡਾ ਤੁਰਨਾ, ਬੈਠਣਾ, ਉੱਠਣਾ, ਜਾਣਾ ਇੱਧਰ ਉੱਧਰ ਸਾਰਿਆਂ ਦੇ ਨਾਲ, ਅਤੇ ਗੁਫਤਾਰ ਸਾਡਾ ਬੋਲਣਾ, ਬੋਲਣਾ ਸਾਡਾ ਮਿੱਠੜਾ ਹੋਏ, ਸਾਡੀ ਜਿਹੜੀ ਰਵਾਨਗੀ ਹੋਏ, ਸਾਡਾ ਜਿਹੜਾ ਬਦਬਖਤ ਹੋਏ ਬੋਲਣਾ ਹੋਏ ਉਹ ਬਹੁਤ ਹੀ ਸਹਿਜ ਵਾਲਾ ਹੋਏ, ਉੱਚਾ ਨਾ ਹੋਏ, ਮਾੜਾ ਨਾ ਹੋਣ, ਕਬੂਲ ਨਾ ਹੋਣ। ਇਹਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਕਿ ਗਹਿਲਾ ਰੂਹ ਨਾ ਜਾਣੇ, ਕਿ ਇਸ ਰੂਹ ਨੂੰ, ਇਸ ਆਤਮਾ ਨੂੰ ਇਹ ਅਹਿਸਾਸ ਕਰਾ ਕਿ ਸਿਰ ਵੀ ਮਿੱਟੀ ਖਾਏ, ਇਹ ਵੀ ਮਿੱਟੀ ਹੋ ਜਾਣਾ ਸਾਰਾ ਜੀ। ਫਰੀਦਾ ਸ਼ੱਕਰ ਖੰਡ ਦੀ ਵਾਤ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਦ। ਫਰੀਦਾ, ਮਾਂ ਨੇ ਬਹੁਤ ਕੁਛ ਖਿਲਾਇਆ, ਫਰੀਦ ਜੀ ਕਹਿੰਦੇ ਸ਼ੱਕਰ, ਖਜੂਰ, ਸ਼ਹਿਦ ਲਾਇਆ, ਨਮਾਜ਼ ਵੱਲ ਲਾਇਆ, ਬੰਦਗੀ ਵੱਲ, ਪਰ ਜਿਸ ਦਿਨ ਅੰਦਰੋਂ ਰਸ ਆਇਆ, ਅੰਦਰੋਂ ਜੁੜ ਗਏ, ਕਹਿੰਦੇ ਇਹ ਫਰੀਦਾ ਸ਼ੱਕਰ, ਸ਼ੱਕਰ ਵੀ, ਖੰਡ ਵੀ, ਨਿਵਾਤ ਵੀ, ਨਿਵਾਤ ਸ਼ਹਿਦ ਨੂੰ ਕਹਿੰਦੇ ਆ,
ਅਤੇ ਗੁੜ ਵੀ। ਕਹਿੰਦੇ ਇਹ ਸਾਰੀਆਂ ਚੀਜ਼ਾਂ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ ਮਾਝਾ ਦੁੱਧ, ਮਾਖਿਓ ਸ਼ਹਿਦ ਵੀ ਹੋ ਗਿਆ, ਅਤੇ ਇਹ ਨਿਵਾਤ ਹੋ ਗਈ ਮਿਸ਼ਰੀ। ਵਾਹਿਗੁਰੂ, ਨਿਵਾਤ ਮਿਸ਼ਰੀ, ਮਾਖਿਓ ਸ਼ਹਿਦ। ਕਹਿੰਦੇ ਸ਼ੱਕਰ, ਖੰਡ, ਮਿਸ਼ਰੀ, ਸ਼ਹਿਦ ਅਤੇ ਮਾਝਾ ਦੁੱਧ, ਕਹਿੰਦੇ ਸਭ ਤੋਂ ਵਧੀਆ ਦੁੱਧ ਵੀ। ਕਹਿੰਦੇ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਕਿ ਇਹ ਇੱਕ ਦਿਖਦਾ ਪਸਾਰਾ ਹੈ। ਇਹ ਸਿਰਫ ਇਹਦੇ ਵਿੱਚ ਦੁੱਧ ਜਾਂ ਸ਼ਹਿਦ ਦਾ ਇਗਜ਼ੈਂਪਲ ਨਹੀਂ ਹੈ। ਐਵਰੀ ਸੈਲ ਮੈਟਰਲਿਸਟਿਕ ਥਿੰਗਸ ਆਫ ਦ ਪਲੈਨਟ ਅਰਥ ਵਿਚ ਇਜ਼ ਵਿਚ ਕ੍ਰੀਏਟਸ ਦ ਮੈਟਰਲਿਜ਼ਮ ਇਨ ਆਰ ਬੀ ਇਨ ਆਰ ਹਾਰਟ ਇਨ ਆਰ ਮਾਇੰਡ। ਜਿਹੜੇ ਜਿਹੜਾ ਦਿਖਦਾ ਪਸਾਰਾ ਸਾਨੂੰ ਪਰਮਾਤਮਾ ਦੇ ਦਰ ਤੋਂ ਵਿਛੋੜਦਾ ਹੈ ਨਾ, ਬਾਬਾ ਸ਼ੇਖ ਫਰੀਦ ਜੀ ਕਹਿੰਦੇ ਇਹ ਸਾਰੇ ਫਿੱਕੇ ਪੈ ਜਾਂਦੇ। ਅੱਜ ਇਹ ਮਿੱਠੇ ਲੱਗਦੇ ਹੈ ਸਾਰਾ ਕੁਝ, ਜਿਸ ਤਰ੍ਹਾਂ ਇਹ ਸ਼ੱਕਰ ਮਿੱਠੀ ਹੈ, ਗੁੜ ਮਿੱਠਾ ਹੈ, ਇਹ ਇਹ ਸ਼ਹਿਦ ਮਿੱਠਾ ਹੈ, ਅਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਇਹੀ ਇੱਕ ਦਿਨ ਜ਼ਹਿਰ ਬਣ ਜਾਂਦਾ ਸਾਰਾ ਕੁਝ। ਇਹ ਸਾਰਾ ਜ਼ਹਿਰ ਬਣ ਜਾਂਦਾ, ਕਿਉਂ? ਕਿਉਂਕਿ ਪ੍ਰਭੂ ਨੂੰ ਨਹੀਂ ਧਿਆਇਆ। ਪਰ ਜੇ ਪ੍ਰਭੂ ਨੂੰ ਧਿਆ ਲਿਆ, ਇੱਕ ਦਿਨ ਬੰਦਗੀ ਦੇ ਵਿੱਚ ਬੈਠ ਕੇ ਇੱਕ ਦਿਨ ਸਿਮਰਨ ਕਰ ਲਿਆ, ਇੱਕ ਦਿਨ ਉਹ ਅੰਮ੍ਰਿਤ ਰਸ ਦੀ ਸਵਾਂਤੀ ਬੂੰਦ ਅੰਦਰ ਆ ਗਈ, ਅਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਦੁੱਧ। ਇਹ ਜਿੰਨਾ ਵੀ ਮਿੱਠਾ ਹੈ, ਪਰ ਇਹ ਜਿਹੜੇ ਉਸ ਵਾਹਿਗੁਰੂ ਜੀ ਦਾ ਅੰਮ੍ਰਿਤ ਰਸ ਹੈ ਨਾ, ਉਹਦੇ ਮੁਕਾਬਲੇ ਰੱਤਾ ਭਰ ਵੀ ਮਿੱਠਾ ਨਹੀਂ। ਇਹ ਦਿਖਦੇ ਪਸਾਰਿਆਂ ਦਾ ਰਸ ਹੈ, ਇਹ ਸਭ ਫਿੱਕੇ ਨੇ। ਇਹ ਹੈ ਆਨ ਰਸਾ ਸਭ ਪੂਛੇ ਰੇ, ਬੋਹਰ ਨਾ ਤਿਸਰਾ ਤੇਰੀ ਲੱਖ ਹੈ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਤ ਰਹਿ ਬਿਸਮਾਤ। ਇਹ ਹੈ ਹਰ ਰਸ, ਜਿਹਨੂੰ ਇੱਕ ਵਾਰੀ ਚੱਖ ਲਿਆ ਫਿਰ ਉਹਨੂੰ ਪ੍ਰਾਪਤੀ ਤੋਂ ਬਿਨਾਂ ਮਨ ਨਹੀਂ ਠਹਿਰਦਾ, ਮਨ ਦੇ ਵਿੱਚ ਤਲਬ ਪੈਦਾ ਹੁੰਦੀ ਹੈ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਆਹ ਅੱਜ ਦੀ ਸੱਚਾਈ ਹੈ, ਇਹ ਝੰਜੋੜਦੀ ਹੈ ਦੋ ਤੁਕਾਂ, ਆਹ ਹਿਲਾ ਕੇ ਰੱਖ ਦਿੰਦੀ। ਫਰੀਦ ਸਾਹਿਬ ਇਸ ਤੁਕ ਨੂੰ ਮੁਲਤਾਨੀ ਭਾਸ਼ਾ ਦੇ ਵਿੱਚ ਲਿਖਦੇ ਆ। ਰੋਟੀ ਮੇਰੀ ਕਾਠ ਕੀ, ਕਾਠ ਕਹਿੰਦੇ ਲੱਕੜ ਵਰਗੀ ਸਖ਼ਤ। ਲਾਵਣ ਮੇਰੀ ਭੁੱਖ, ਲਾਵਣ ਮੁਲਤਾਨੀ ਭਾਸ਼ਾ ਦੇ ਵਿੱਚ ਸਬਜ਼ੀ ਨੂੰ ਵੀ ਕਿਹਾ ਗਿਆ। ਇਹਦੇ ਕਈ ਅਰਥ ਨੇ, ਦੇਖੋ ਬੜੇ ਡਾਇਮੈਂਸ਼ਨਸ ਨੇ। ਬਾਬਾ ਸ਼ੇਖ ਫਰੀਦ ਜੀ ਦੀ ਇੱਕ ਇੱਕ ਤੁੱਕ ਮੈਟਰਲਿਜ਼ਮ ਵਾਸਤੇ ਵੀ ਹੈ, ਸਪਿਰਿਚੁਅਲਿਜ਼ਮ ਵਾਸਤੇ ਵੀ ਹੈ, ਕੈਪੀਟਲਿਜ਼ਮ ਵਾਸਤੇ ਵੀ ਹੈ। ਇਹ ਤਿੰਨੋਂ ਇਹ ਜਿਹੜੇ ਡਾਇਮੈਂਸ਼ਨਸ ਨੇ ਬਾਬਾ ਫਰੀਦ ਜੀ ਦੇ ਇੱਕ ਇੱਕ ਤੁੱਕ ਨੂੰ ਬਿਆਨ ਕਰਦੇ ਪੂਰੇ ਤੌਰ 'ਤੇ ਕਿ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ, ਲਾਵਣ ਕਹਿੰਦੇ ਸਬਜ਼ੀ, ਮੇਰੀ ਭੁੱਖ। ਪਹਿਲਾ ਕੰਸੈਪਟ ਬਾਬਾ ਸ਼ੇਖ ਫਰੀਦ ਜੀ ਤੋਂ ਇਹ ਨਿਕਲਦਾ, ਕਹਿੰਦੇ ਜਿੰਨਾ ਚਿਰ ਤੱਕ ਲਾਵਣ, ਲਾਵਣ ਕਹਿੰਦੇ ਸਬਜ਼ੀ, ਸਬਜ਼ੀ ਦੇ ਸਵਾਦ ਕਰਕੇ ਹੀ ਬੰਦਾ ਜ਼ਿਆਦਾ ਖਾਂਦਾ। ਇਹਨੂੰ ਸਮਝੋ, ਲਾਵਣ ਮੇਰੀ ਭੁੱਖ, ਕਹਿੰਦੇ ਜਿਸ ਵੇਲੇ ਅੰਦਰ ਭੁੱਖ ਹੋਏਗੀ, ਬਾਬਾ ਸ਼ੇਖ ਫਰੀਦ ਜੀ ਕਹਿੰਦੇ ਮੇਰੀ ਜਿਹੜੀ ਸਬਜ਼ੀ ਹੈ ਨਾ ਉਹ ਭੁੱਖ ਹੈ। ਜਿੰਨਾ ਚਿਰ ਤੱਕ ਅੰਦਰ ਭੁੱਖ ਨਹੀਂ ਹੈ, ਭੋਜਨ ਜਿੰਨਾ ਮਰਜ਼ੀ ਸਵਾਦਲਾ ਹੋਵੇ ਉਹ ਸਵਾਦ ਨਹੀਂ ਲੱਗੇਗਾ। ਜਿੰਨੀ ਜ਼ਿਆਦਾ ਭੁੱਖ ਹੈ ਉਨਾ ਜ਼ਿਆਦਾ ਭੋਜਨ ਸਵਾਦ ਲੱਗੇਗਾ। ਅਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਕਿ ਆਪਾਂ ਕੀ ਕਰ ਰਹੇ ਹਾਂ, ਅੱਜ ਆਪਾਂ ਸਾਨੂੰ ਭੁੱਖ ਨਹੀਂ ਵੀ ਹੈ ਤਾਂ ਵੀ ਆਪਾਂ ਭੋਜਨ ਖਾਈ ਜਾ ਰਹੇ ਹਾਂ, ਭੋਜਨ ਖਾਈ ਜਾ ਰਹੇ ਹਾਂ। ਔਰ ਜਿਹੜਾ ਬਿਨਾਂ ਭੁੱਖ ਤੋਂ ਭੋਜਨ ਖਾਂਦਾ ਹੈ, ਗੁਰੂ ਸਾਹਿਬ ਦੀ ਬਾਣੀ 'ਚ ਕਹਿੰਦੇ, ਕਹਿੰਦੇ ਉਹ ਨਿਰਾ ਰੋਗ ਹੈ, ਖਾਏ ਖਾਏ ਕਰੈ ਵੱਧ ਫੈਲੇ, ਕਹਿੰਦੇ ਉਹ ਨਿਰਾ ਰੋਗ ਹੈ। ਘੱਟ ਖਾਣ ਨਾਲ ਕਦੀ ਵੀ ਸਰੀਰ ਰੋਗੀ ਨਹੀਂ ਹੁੰਦਾ, ਹਮੇਸ਼ਾ ਵੱਧ ਖਾਣ ਨਾਲ ਰੋਗੀ ਹੁੰਦਾ ਸਰ। ਥੋੜ੍ਹਾ ਖਾਣ ਨਾਲ ਕਦੀ ਸਰੀਰ ਨੂੰ ਰੋਗ ਨਹੀਂ ਲੱਗਦਾ, ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ ਵੱਧ ਖਾਣ ਨਾਲ ਹਮੇਸ਼ਾ ਰੋਗ ਹੈ। ਕਹਿੰਦੇ ਜਿੰਨਾ ਚਿਰ ਤੱਕ ਮੇਰੇ ਤਨ ਨੂੰ ਭੁੱਖ ਤੰਗ ਨਹੀਂ ਕਰਦੀ, ਲਾਵਣ ਮੇਰੀ ਭੁੱਖ, ਕਹਿੰਦੇ ਉਨਾ ਚਿਰ ਤੱਕ ਮੈਂ ਕੁਝ ਨਹੀਂ ਖਾਂਦਾ। ਪਰ ਜਿਸ ਵੇਲੇ ਮੈਨੂੰ ਭੁੱਖ ਡਾਢੀ ਲੱਗਦੀ ਹੈ, ਉਸ ਵੇਲੇ ਕਾਠ ਦੀ ਰੋਟੀ ਵੀ ਖਾਧੀ ਜਾਂਦੀ, ਉਸ ਵੇਲੇ ਇਹ ਵੀ ਖਾਧਾ ਜਾਂਦਾ। ਇਹ ਸਿੱਧਾ ਕੋਨਸੈਪਟ ਸਬਰ ਦਾ, ਸੰਤੋਖ ਦਾ। ਇਹਨੂੰ ਰੁੱਖੀ ਸੁੱਖੀ ਖਾ ਕੇ ਅੱਗੇ ਜ਼ਿਕਰ ਕੀਤਾ, ਕਿਹੜਾ ਸੰਤੋਖ ਹੈ? ਸਬਰ ਮੰਜ ਕਮਾਣ ਹੈ, ਸਬਰ ਕਾ ਨੀਹਣੋ, ਕਿ ਤੁਹਾਡਾ ਸਬਰ, ਤੁਹਾਡੀ ਅੰਦਰ ਦੀ ਭੁੱਖ ਇੰਨੀ ਕੰਟਰੋਲਡ ਹੋਏ ਕਿਸੇ ਚੀਜ਼ ਦੇ ਵਾਸਤੇ ਵੀ, ਕਿਸੇ, ਕਿਉਂਕਿ ਸਭ ਤੋਂ ਪਹਿਲਾਂ ਸਾਡੇ ਢਿੱਡ ਦੀ ਭੁੱਖ ਹੈ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪਰ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ ਜਿਸ ਵੇਲੇ ਬੰਦਗੀ ਦੇ ਵਿੱਚ ਬੈਠਦਾ ਹੈ ਨਾ ਕੋਈ, ਇਹ ਵੀ ਕੰਟਰੋਲ ਹੋ ਜਾਂਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਬੋਲਾ ਮੁੱਲ ਖਰੀਦ ਨਾ ਕਰ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਖਾਣਾ ਸੋਵਣਾ, ਇਹ ਘੱਟ ਜਾਂਦਾ, ਇਹ ਬਿਲਕੁਲ ਕੰਟਰੋਲ। ਭਾਈ ਸਾਹਿਬ ਭਾਈ ਗੁਰਦਾਸ ਜੀ, ਨਾ ਤਿਸ ਭੁੱਖ, ਹੁਣ ਇਹ ਭੁੱਖ ਸਰੀਰ ਤੋਂ ਸ਼ੁਰੂ ਹੁੰਦੀ ਹੈ, ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਹੋਣੀ ਹੈ, ਅਤੇ ਫਿਰ ਭੁੱਖ ਸਾਰੇ ਸੰਸਾਰ, ਸਾਰੇ ਸੰਸਾਰ ਇਹ ਭੁੱਖੀ ਹੈ। ਅੱਜ ਭਰਾ ਭਰਾ ਦਾ ਵੈਰੀ ਹੈ, ਖਿਮਾ ਬਖਸ਼ਿਓ, ਇਹ ਭੁੱਖੀ ਹੈ ਕਿ ਸਾਡੇ ਰਿਸ਼ਤੇ, ਕਿਉਂਕਿ ਇਹਦੇ ਪਿੱਛੇ ਜਿਹੜਾ ਲਵ ਕੰਮ ਕਰ ਰਿਹਾ, ਕਿਉਂਕਿ ਆਪਾਂ ਪਿੱਛੇ ਪੜ੍ਹਿਆ ਸੀ ਨਾ, ਜਾਂ ਲਵ ਤਾਂ ਨਹੀਂ ਹੁੱਕਿਆ, ਲਵ ਤਾਂ ਕੂੜਾ ਨਹੀਂ। ਜੇ ਪਿਆਰ ਦੇ ਵਿੱਚ ਲੋਭ ਕੰਮ ਕਰ ਰਿਹਾ, ਲੋਭ ਦੀ ਤੰਦ ਹੈ, ਤਾਂ ਫਿਰ ਉਹ ਕੂੜਾ, ਉਹ ਕਲੇਸ਼ ਹੀ ਕਲੇਸ਼, ਉਹ ਲੜਾਈਆਂ ਅੱਜ ਨਹੀਂ ਕੱਲ੍ਹ ਸਹੀ, ਉਹਨੇ ਉਗੜ ਕੇ ਬਾਹਰ ਆ ਜਾਣਾ। ਬਾਬਾ ਸਾਹਿਬ ਕਹਿੰਦੇ ਇਹ ਜਿਹੜੀ ਭੁੱਖ ਹੈ ਨਾ, ਇਹ ਬੰਦੇ ਨੂੰ ਸਭ ਤੋਂ ਜ਼ਿਆਦਾ ਇਵੇਂ ਪੈਦਾ ਹੁੰਦੀ ਹੈ ਕਿ ਦੂਸਰਾ ਮੇਰੇ ਤੋਂ ਚੰਗਾ ਪਾ ਰਿਹਾ, ਦੂਸਰਾ ਮੇਰੇ ਤੋਂ ਚੰਗਾ ਕਰ ਰਿਹਾ, ਦੂਸਰਾ ਇਹ ਕਰ ਰਿਹਾ। ਅਤੇ ਬਾਬਾ ਸਾਹਿਬ ਕਹਿੰਦੇ ਇਹ ਨੇਰੀ ਅੱਗ ਹੈ, ਇਹ ਨੇਰੀ ਅੱਗ ਹੈ, ਆਪਣੇ ਨੂੰ ਵੇਖਣਾ ਸ਼ੁਰੂ ਕਰੀਏ ਆਪਾਂ। ਬਾਬਾ ਸਾਹਿਬ ਕਹਿੰਦੇ ਆਪਣੇ ਤੋਂ ਨੀਵਾਂ ਵੇਖਣਾ ਸ਼ੁਰੂ ਕਰੀਏ, ਸਾਨੂੰ ਗੁਰੂ ਨੇ ਇੰਨਾ ਦਿੱਤਾ ਹੈ, ਆਪਾਂ ਉੱਤੇ ਨਾ ਵੇਖੀਏ, ਜਿਨ੍ਹਾਂ ਨੂੰ ਨਹੀਂ ਦਿੱਤਾ ਬਾਬਾ ਸਾਹਿਬ ਕਹਿੰਦੇ ਉਹਨਾਂ ਨੂੰ ਵੇਖੀ ਕਿ ਉਹਨਾਂ ਕੋਲ ਨਹੀਂ। ਸ਼ੇਖ ਸਾਦੀ ਗੁਲਸਤਾਂ ਬੋਸਤਾਂ 'ਚ ਲਿਖਦਾ, ਕਹਿੰਦਾ ਮੈਂ ਤੱਤੀ ਰੇਤ ਦੇ ਉੱਤੇ ਨੰਗੇ ਪੈਰ ਨਮਾਜ਼ ਅਦਾ ਕਰਨ ਗਿਆ, ਕਹਿੰਦੇ 2.5 ਮੀਲ ਦਾ ਸਫ਼ਰ ਕੀਤਾ, 2 ਮੀਲ 'ਤੇ ਕੱਟ ਲਏ, ਅੱਧਾ ਜਿਹੜਾ ਮੀਲ ਰਹਿ ਗਿਆ ਸੀ ਪੈਰ ਮੇਰੇ ਭੁੱਜ ਗਏ। ਅਤੇ ਸ਼ੇਖ ਸਾਦੀ ਕਹਿੰਦਾ ਹੁਣ ਅੱਜ ਮੈਂ ਨਮਾਜ਼ 'ਚ ਬੈਠਾਂਗਾ ਨਾ, ਅੱਜ ਨਮਾਜ਼ 'ਚ ਬੈਠਾਂਗਾ, ਕਹਿੰਦੇ ਅੱਜ ਖੁਦਾ ਨੂੰ ਮੈਂ ਬਿਲਕੁਲ ਉਹਦੇ ਨਾਲ ਖਫਾ ਹੋਵਾਂਗਾ ਕਿ ਤੂੰ ਨਮਾਜ਼ ਅਦਾ ਵੀ ਕਰਾਉਣੀ ਹੁੰਦੀ ਹੈ ਮੈਨੂੰ, ਤਾਂ ਚੱਪਲ ਨਹੀਂ ਦੇ ਸਕਦਾ, ਪੈਰ ਦੇ ਵਿੱਚ ਜੋੜਾ ਨਹੀਂ ਦੇ ਸਕਦਾ। ਅਤੇ ਜਦ ਮਸੀਤ ਦੇ ਕਰੀਬ ਪਹੁੰਚਦਾ ਇੱਕ ਅੰਨਾ ਬੰਦਾ, ਉਹਨੇ ਆਪਣੇ ਘਰ ਤੋਂ ਲੈ ਕੇ ਮਸੀਤ ਤੱਕ ਰੱਸੀ ਬੰਨ੍ਹੀ ਹੁੰਦੀ ਹੈ, ਉਹ ਰੱਸੀ ਦੇ ਸਹਾਰੇ ਮਸੀਤ ਵੱਲ ਆ ਰਿਹਾ ਹੁੰਦਾ, ਸ਼ੇਖ ਸਾਹਿਬ ਹੀ ਰੁਕ ਜਾਂਦਾ। ਅਤੇ ਇੱਕ ਹੋਰ ਬੰਦਾ ਜਿਹਦੇ ਪੈਰ ਵੀ ਨਹੀਂ ਹੁੰਦੇ, ਉਹ ਤਪਦੇ ਮਰੂਥਲ ਉੱਤੇ, ਰੇਗਿਸਤਾਨ ਉੱਤੇ 2 ਮੀਲ ਨਮਾਜ਼ ਅਦਾ ਕਰਨ ਵਾਸਤੇ ਮਸੀਤ 'ਚ ਪਹੁੰਚਦਾ। ਅਤੇ ਸ਼ੇਖ ਸਾਦੀ ਉਹਨੂੰ ਪੁੱਛਦਾ ਕਿ ਤੂੰ ਖੁਦਾ ਦੇ ਨਮਾਜ਼ ਵਾਸਤੇ ਆਇਆ, ਕਹਿੰਦੇ ਹਾਂ। ਸ਼ੇਖ ਸਾਦੀ ਆਪਣੇ ਆਪ ਨੂੰ ਹਲੂਣਾ ਦਿੰਦਾ, ਕਹਿੰਦੇ ਮੇਰੀਆਂ ਅੱਖਾਂ ਵੀ ਸਾਬਤ, ਮੇਰੇ ਪੈਰ ਵੀ ਸਾਬਤ, ਅਤੇ ਮੈਂ ਰੱਬ ਨੂੰ, ਮੈਂ ਖੁਦਾ ਨੂੰ ਅੱਜ ਸ਼ਿਕਾਇਤ ਕਰਨ ਵਾਸਤੇ ਨਮਾਜ਼ ਅਦਾ ਦੇ ਵਿੱਚ ਕਿ ਮਨ ਦੇ ਵਿੱਚ ਫੁਰਨਾ, ਮੈਂ ਸ਼ਿਕਾਇਤ ਕਰਾਂਗਾ ਖੁਦਾ ਨੂੰ, ਲਾਂਭਾ ਲਾਵਾਂਗਾ। ਪਰ ਇਹ ਵਿਚਾਰੇ ਇਹਨਾਂ ਦੀ ਤਾਂ ਸਰੀਰ ਦੇ ਅੰਗ ਨਹੀਂ ਹੈ, ਅਤੇ ਇਹ ਵੀ ਭਿੱਜ ਕੇ ਨਮਾਜ਼ ਅਦਾ ਕਰਨ ਆਇਆ। ਇਹ ਹੈ ਕਿ ਆਪਣੇ ਤੋਂ ਨੀਵੇਂ ਵੱਲ, ਰੋਟੀ ਮੇਰੀ ਕਾਠ ਹੀ, ਲਾਵਣ ਮੇਰੀ ਭੁੱਖ, ਕਹਿੰਦੇ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ, ਜਿਨ੍ਹਾਂ ਖਾਧੀ ਚੋਪੜੀ, ਜਿਹਨੇ ਚੋਪੜੀ ਖਾਧੀ, ਭਾਵ ਕਿ ਇਹਦੇ ਵਿੱਚ ਦਿਸਦਾ ਪਸਾਰਾ ਵੀ ਸਾਰਾ, ਸਰੀਰ ਦੇ ਰੂਪ ਦੇ ਵਿੱਚ ਵੀ ਦੁੱਖ ਹੈ ਅਤੇ ਮਨ ਕਰਕੇ ਵੀ ਰੋਗ ਨੇ, ਜਿਨ੍ਹਾਂ ਚੋਪੜੀਆਂ ਭਾਵ ਦੂਸਰਿਆਂ ਨੂੰ ਵੇਖਣਾ ਅਤੇ ਘਣੇ ਸਹਿਣਗੇ ਦੁੱਖ। ਇਹਦੇ ਵਿੱਚ ਤਨ ਦਾ ਜਿੰਨਾ ਭੋਜਨ ਖਾਣਾ ਉਹਦੀ ਮਨਾਈ ਨਹੀਂ ਹੈ, ਪਰ ਇਹਦੇ ਵਿੱਚ ਮਨ ਦੀ ਤ੍ਰਿਸ਼ਨਾ ਨੂੰ ਸੱਟ ਹੈ ਕਿ ਸਬਰ ਮੰਝ ਕਮਾਣ ਹੈ, ਸਬਰ ਕਾ ਨਿਹਾਣੋ, ਸਬਰ ਦਾ ਕਮਾਨ ਇੰਨਾ ਤੰਦਿਆ ਜਾਏ, ਜਿੰਨਾ ਕਮਾਣ ਜਦ ਚਿੱਲੇ 'ਤੇ ਚਾੜ ਕੇ ਤੀਰ ਚੜਾਇਆ ਜਾਂਦਾ ਅਤੇ ਉਹਨੂੰ ਪੂਰਾ ਖਿੱਚਿਆ ਜਾਂਦਾ, ਜੇ ਕਮਾਨ ਅੱਧ ਵਿਚਕਾਰ ਟੁੱਟ ਜਾਏ ਤਾਂ ਤੀਰ ਕੀ ਚਲੇਗਾ, ਜੇ ਸਿੱਖ ਦਾ ਸਬਰ ਹੀ ਟੁੱਟ ਜਾਏ ਪਰਖਦੇ ਹੋਏ ਤਾਂ ਫਿਰ ਉਹਦੇ ਵਿੱਚੋਂ ਬੰਦਗੀ ਦਾ ਤੀਰ ਕਿੱਥੋਂ ਨਿਕਲੇਗਾ, ਉਹਦੇ ਵਿੱਚੋਂ ਇਬਾਦਤ ਦਾ ਤੀਰ ਕਿੱਥੋਂ ਨਿਕਲੇਗਾ, ਉਹਦੀ ਸੁਰਤ ਕਿੱਥੇ ਤੱਕ ਜਾਏਗੀ, ਸੁਰਤ ਦਾ ਤੀਰ ਤਾਂ ਉੱਥੇ ਹੀ ਡਿੱਗ ਜਾਏਗਾ। ਇਹ ਹੈ ਸਬਰ ਮੰਝ ਕਮਾਣ, ਸਬਰ ਕਾ ਨੀਹਣੋ, ਸਬਰ ਖੰਦਾ ਖਾਲਕ, ਜੇ ਤੂੰ ਦ੍ਰਿੜ ਕਰੀ। ਇਹ ਹੈ ਕਿ ਇਸ ਸਬਰ ਨੂੰ ਇੰਨਾ ਕੁ ਦ੍ਰਿੜ ਕਰਨਾ, ਇੰਨਾ ਕੁ ਪਕਾਉਣਾ ਕਿ ਇਹ ਟੁੱਟੇ ਨਾ। ਅਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਫਰੀਦਾ, ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਅੱਜ ਦੀ ਵਿਚਾਰ ਦੀ ਸਮਾਪਤੀ ਹੈ ਜੀ, ਕਿ ਜਿਨ੍ਹਾਂ ਨੇ ਦੂਸਰਿਆਂ ਨੂੰ ਵੇਖ ਕੇ ਜਾਂ ਦੂਸਰਿਆਂ ਦੀ ਕਾਮਯਾਬੀ ਨੂੰ ਵੇਖ ਕੇ ਆਪਣੇ ਅੰਦਰ ਦੁੱਖ ਪੈਦਾ ਕੀਤੇ, ਮਾੜੇ ਫੁਰਨੇ ਪੈਦਾ ਕੀਤੇ,
ਬਾਬਾ ਸਾਹਿਬ ਕਹਿੰਦੇ ਘਣੇ ਸਹਿਣਗੇ ਦੁੱਖ। ਔਰ ਸਰੀਰ ਕਰਕੇ ਵੀ ਜਿਨ੍ਹਾਂ ਨੇ ਬਿਨਾਂ ਭੁੱਖ ਤੋਂ ਭੋਜਨ ਖਾਧਾ ਉਹ ਬੰਦਗੀ 'ਚ ਨਹੀਂ ਬੈਠ ਸਕਣਗੇ, ਕਿਉਂਕਿ ਬੰਦਗੀ 'ਚ ਬੈਠਣ ਦਾ ਭੋਜਨ ਮਰਿਆਦਾ ਵਾਲਾ, ਵਿਵੇਕ ਵਾਲਾ ਭੋਜਨ, ਕਿਉਂਕਿ ਭੋਜਨ ਸਰੀਰ ਨੂੰ ਬਹੁਤ ਪ੍ਰਭਾਵ ਕਰਦਾ ਜਦ ਆਪਾਂ ਬੰਦਗੀ 'ਚ ਬੈਠੇ। ਔਰ ਜੇ ਸਰੀਰ ਪ੍ਰਭਾਵਿਤ ਹੈ ਤਾਂ ਮਨ ਕਦੇ ਨਹੀਂ ਟਿਕੇਗਾ, ਮਨ ਵੀ ਪ੍ਰਭਾਵਿਤ ਰਹੇਗਾ ਉਸ ਭੋਜਨ। ਇਸ ਸੱਚ ਦੀ ਵਿਚਾਰ ਅੱਜ ਬਾਬਾ ਸ਼ੇਖ ਫਰੀਦ ਜੀ ਕਰਦੇ ਕਿ ਭੋਜਨ ਇੱਕ ਵਿਵੇਕੀਏ ਦਾ, ਇੱਕ ਬੰਦਗੀ ਕਰਨ ਵਾਲੇ ਦਾ, ਇੱਕ ਨਾਮ ਧਿਆਉਣ ਵਾਲੇ ਦਾ ਬਹੁਤ ਸਾਧਿਆ ਹੋਏ, ਸਾਧਿਆ ਹੋਏ ਨਾ ਤਾਂ ਭੁੱਖ ਨਾ ਨੀਂਦ ਨਾ ਖਾਣਾ ਸੋਕਣਾ। ਧੰਨਵਾਦ ਆਪ ਸਾਰਿਆਂ ਦੇ ਮਾਣ ਪਿਆਰ ਦਾ। ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਬਖਸ਼ ਦੇਣਾ ਜੀ। ਗੱਜ ਵੱਜ ਕੇ ਫਤਿਹ ਬੁਲਾਓ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।